ਹੈਲੋ ਸਸਿਕਾ ਮੇਰੇ ਸਾਰੇ ਦੋਸਤੋ ਉਮੀਦ ਕਰਦਾ ਸਾਰੇ ਠੀਕ ਹੋਵੋ ਹੋਗੇ ਤੇ ਅੱਜ ਆਪਾਂ ਤੀਸਰਾ ਲੈਕਚਰ ਲੈ ਕੇ ਆਏ ਆਗੇ ਹਿਸਟਰੀ ਦਾ ਇਸ ਤੋਂ ਬਾਅਦ ਜਦੋਂ ਆਪਣੇ ਤੀਸਰਾ ਲੈਕਚਰ ਇਹ ਆਪਣੇ ਜਿੰਨੇ ਵੀ ਹਿਸਟਰੀ ਲੈਕਚਰ ਲੱਗਣੇ ਹੋਏ ਉਹ ਮੈਂ ਤੁਹਾਨੂੰ ਦੱਸ ਦੂੰਗਾ ਕਿ ਕਿੰਨੇ ਕ ਲੈਕਚਰ ਲੱਗਣਗੇ ਆਪਾਂ ਘਟੋ ਘਟ 500 ਐਮਸੀਕਿਊ ਤੋਂ 400 ਤੋਂ 500 ਐਮਸੀਕਿਊ ਤਾਂ ਆਪਣੇ ਹਿਸਟਰੀ ਦਾ ਹੋਣਾ ਚਾਹੀਦਾ ਹੈ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਕਰਾਂਗੇ ਪਲੀਟੀ ਪਲੀਟੀ ਤੋਂ ਬਾਅਦ ਆਪਾਂ ਕਰਾਂਗੇ ਜੀਓਗ੍ਰਾਫੀ ਇਸ ਤੋਂ ਬਾਅਦ ਸਾਇੰਸ ਠੀਕ ਹੋ ਮੈਂ ਤੁਹਾਨੂੰ ਕਿਹਾ ਕਿ ਜਿਵੇਂ ਮੇਰੀ ਜ਼ਿੰਮੇਵਾਰੀ ਹੋ ਮੈਂ ਆਪੇ ਕਰਵਾ ਦੂੰਗਾ ਤੇ ਇੱਕ ਦੋ ਬੰਦੇ ਨੇ ਕਮਿਟ ਹੋਰ ਵੀ ਕਰੇ ਸੀ ਕਹਿੰਦੇ ਨਾਲ ਸਭ ਤੁਸੀਂ ਜ਼ਿੰਮੇਵਾਰੀ ਨਾ ਲਿਆ ਕਰੋ ਕਿ ਆ ਪਰੇਸ਼ਨ ਪੱਕਾ ਹੋਊਗਾ ਠੀਕ ਹੈ ਜੀ ਬੰਦੇ ਨੂੰ ਹਰੇਕ ਬੰਦੇ ਨੂੰ ਆਪਣੇ ਕੰਟੈਂਟ ਦਾ ਪਤਾ ਹੁੰਦਾ ਕਿ ਮੇਰਾ ਕੰਟੈਂਟ ਕਿੱਥੇ ਹੈਗਾਗਾ ਕਿ ਇਹਦੀ ਵੈਲਿਊ ਕੋਈ ਹੈਗੀ ਹੈ ਕਿ ਇਹਦੀ ਵੈਲਿਊ ਕੋਈ ਨਹੀਂ ਹੈਗੀ ਉਹ ਸਾਰਾ ਪਤਾ ਹੁੰਦਾ ਕਿ ਸਰੇ ਪਰ ਦੇਖਣਾ ਖੇਡਣਾ ਬਹੁਤ ਗਲਤ ਗੱਲ ਹੁੰਦੀ ਹੈ ਠੀਕ ਹੈ ਮੈਂ ਸਿਰਫ ਉਹੀ ਚੀਜ਼ਾਂ ਲੈ ਕੇ ਆਉਣਾ ਜਿਹੜੀਆਂ ਪੇਪਰ ਦੇ ਵਿੱਚ ਆ ਜਾਣਗੀਆਂ ਤੇ ਪੱਕਾ 100% ਆਉਣ ਦੇ ਚਾਂਸ ਵੀ ਹੈਗੇ ਤੇ ਆਉਣਗੀਆਂ ਵੀ ਉਹ ਠੀਕ ਹੈ ਜੀ ਤੇ ਅੱਜ ਆਪਾਂ ਤੇ ਬਾਕੀ ਇੱਕ ਤੁਹਾਨੂੰ ਹੋਰ ਗੱਲ ਕਰਨੀ ਸੀ ਕੱਲ ਦੀ ਵੀਡੀਓ ਤੇ ਨਾ ਇੱਕ ਮੈਥੋਂ ਮਿਸਟੇਕ ਹੋ ਗਈ ਸੀ ਉਹ ਤੁਹਾਨੂੰ ਪਤਾ ਹੀ ਹੈਗਾ ਮੈਂ ਨਾ 18755 ਦੇ ਲਈ ਸੀ ਤੇ ਮੂੰਹ 'ਚੋਂ ਮੇਰੇ 1858 ਕਹਿ ਗਿਆ ਸੀ ਮੈਂ ਠੀਕ ਹੈ ਤੇ ਉਹ 18755 ਜੀ ਟਿੱਕ ਲਾਈ ਸੋ ਬਿਲਕੁਲ ਸਹੀ ਹੈਗੀ ਦੂਸਰੀ ਜਿਹੜੀ INC ਇਹ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਇਹਦੀ ਸਥਾਪਨਾ 1858 ਚ ਹੋਈ ਸੀ ਠੀਕ ਹੈ ਤੇ ਬਹੁਤ ਵਧੀਆ ਜਿਨ੍ਹਾਂ ਨੇ ਮੈਨੂੰ ਦੱਸਿਆ ਕਿ ਭਾਈ ਤੇ ਆਹ ਸੀ ਤੇ ਵਧੀਆ ਲੱਗਿਆ ਕਿ ਤੁਸੀਂ ਵੀ ਪੜਦੇ ਹੋ ਇੰਟਰਸਟ ਨਾਲ ਪੜਦੇ ਹੋ ਠੀਕ ਹੈ ਜੀ ਤੇ ਅੱਜ ਆਪਾਂ 30 ਸੈਲੈਕਸ਼ਨ ਸ਼ੁਰੂ ਕਰਨ ਜਾ ਰਹੇ ਹਾਂ ਤੇ ਦੇਖੋ ਜੀ ਧਿਆਨ ਨਾਲ ਪੜਨਾਗਾ ਕਿਉਂਕਿ ਇੱਕ ਮੈਂ ਤੁਹਾਨੂੰ ਜਿਵੇਂ ਪਹਿਲਾਂ ਕਿਹਾ ਇੱਕ ਤਾਂ ਆਪਾਂ ਥਿਊਰੀ ਨਹੀਂ ਕਰ ਰਹੇ ਠੀਕ ਹੈ ਥਿਊਰੀ ਨਾ ਹੋਣ ਕਰਕੇ ਆਪਾਂ ਨੂੰ ਜਿਹੜੇ ਐਮਸੀਕਿਊ ਪੂਰੀ ਡਿਟੇਲ ਦੇ ਵਿੱਚ ਕਰਨੇ ਪੈਣਗੇ ਠੀਕ ਹੈ ਜੀ ਕਿਉਂਕਿ ਜਿਵੇਂ ਮੈਨੂੰ ਪਤਾ ਕਿ ਪੀ ਟ੍ਰਿਪਲ ਐਸ ਬੀ ਬੋਰਡ ਵਾਲੇ ਪੁਰਾਣੇ ਪੇਪਰ ਚੱਕਦੇ ਆ ਜਿੰਨੇ ਵੀ ਨਰੇ ਪੇਪਰ ਆਏ ਬਤੇ ਉਹਦੇ ਵਿੱਚੋਂ ਹੀ ਐਮ ਐਸ ਕਿਊ ਆਏ ਬਤੇ ਇੰਪੋਰਟੈਂਟ ਇੰਪੋਰਟੈਂਟ ਐਮ ਐਸ ਕਿਊ ਆ ਤੇ ਕੋਈ ਵੀ ਇਹਦੇ ਵਿੱਚ ਮਤਲਬ ਆਇ ਨਹੀਂ ਹੈ ਕਿ ਉਹ ਵੀ ਬਿਨਾਂ ਗੱਲ ਤੋਂ ਪਾਇਓ ਬਾਕੀ ਤੁਹਾਨੂੰ ਆਪ ਹੀ ਬੇਟੇ ਜੀ ਪਤਾ ਲੱਗਦੀ ਹੋਊ ਜੇ ਤੁਸੀਂ ਪੜ੍ਹਦੇ ਹੋਵੋਗੇ ਠੀਕ ਹੈ ਸਭ ਤੋਂ ਪਹਿਲਾਂ ਅੱਜ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਉਹ ਕਰ ਰਹੇ ਹਾਂ ਆਜ਼ਾਦ ਭਾਰਤ ਦਾ ਰਾਸ਼ਟਰੀ ਝੰਡਾ ਕਿਸੇ ਦੁਬਾਰਾ ਡਿਜ਼ਾਈਨ ਕੀਤਾ ਗਿਆ ਠੀਕ ਹੈ ਜੀ ਸਭ ਤੋਂ ਪਹਿਲਾਂ ਇਹਦੀ ਗੱਲ ਕਰਦੇ ਹਾਂ ਜਿਹੜਾ ਆਜ਼ਾਦ ਭਾਰਤ ਦਾ ਆਪਣਾ ਰਾਸ਼ਟਰੀ ਝੰਡਾ ਸੀ ਇਹ ਡਿਜ਼ਾਈਨ ਕਿਸੇ ਦੁਬਾਰਾ ਕੀਤਾ ਗਿਆ ਸੀ ਇਹ ਕਰਿਆ ਗਿਆ ਸੀ ਆਪਣੇ ਪਿੰਗਲੀ ਬੰਕਾਇ ਜਿਹੜਾ ਆਪਣਾ ਝੰਡਾ ਰਾਸ਼ਟਰੀ ਝੰਡਾ ਡਿਜ਼ਾਈਨ ਕੀਤਾ ਗਿਆ ਸੀ ਇਹ ਕਰਿਆ ਗਿਆ ਸੀ ਪਿੰਗਲੀ ਬੰਕਾਇਆ ਦੁਆਰਾ ਹੁਣ ਰਾਸ਼ਟਰੀ ਝੰਡੇ ਦੇ ਕਿਹੜੇ-ਕਿਹੜੇ ਅਪਰੇਸ਼ਨ ਬਣਨਗੇ ਉਹ ਦੇਖੋ ਧਿਆਨ ਨਾਲ ਅਪਰੇਸ਼ਨ ਇਹਦੇ ਕੀ ਬਣੂਗਾ ਇੱਕ ਤਾਂ ਇਹ ਅਪਰੇਸ਼ਨ ਬਣੂਗਾ ਕਿ ਇਹ ਆਪਾਂ ਝੰਡਾ ਅਪਣਾਇਆ ਕਿਦੋਂ ਸੀ ਜਿਹੜਾ ਆਪਾਂ ਰਾਸ਼ਟਰੀ ਝੰਡਾ ਗਾ ਇੱਕਦੋਂ ਅਪਣਾਇਆ ਸੀ ਇਹ ਦੇਖੋ ਜੀ ਇਹ ਅਪਣਾਇਆ ਸੀ ਆਪਾਂ 22 ਜੁਲਾਈ 1947 ਨੂੰ ਠੀਕ ਹੈ ਜੀ 22 ਜੁਲਾਈ 1947 ਨੂੰ ਆਪਾਂ ਇਹ ਝੰਡਾ ਅਪਣਾ ਲਿਆ ਸੀ ਉਕਜੀ ਅਪਰੇਸ਼ਨ ਇਹ ਵੀ ਬਣੂਗਾ ਕਿ ਜਿਹੜਾ ਰਾਸ਼ਟਰੀ ਝੰਡਾ ਇਹ ਕਿਦੋਂ ਅਪਣਾਇਆ ਗਿਆ ਇਹ ਅਪਣਾਇਆ ਗਿਆ 22 ਜੁਲਾਈ 1947 ਦੇ ਵਿੱਚ ਇਹ ਝੰਡਾ ਜਿਹੜਾ ਇਹਦਾ ਡਿਜ਼ਾਈਨ ਕਿਹਨੇ ਕੀਤਾ ਸੀ ਇਹਦਾ ਇਹ ਡਿਜ਼ਾਈਨ ਕਰਿਆ ਸੀ ਆਪਣੇ ਪਿੰਗਲੀ ਬੰਕਾਯਾਂ ਨੇ ਦੇਖੋ ਜੀ ਇੱਕ ਤਾਂ ਇਹ ਅਪਰੇਸ਼ਨ ਬਣ ਗਿਆ ਦੂਸਰੀ ਇੱਕ ਜਿਹੜਾ ਅਪਰੇਸ਼ਨ ਪੁੱਛਿਆ ਜਾਂਦਾ ਜਿਵੇਂ ਪਿਛਲੀ ਵਾਰ 2016 ਦੇ ਸਰਵਿਸ ਇੰਸਪੈਕਟਰ ਦੇ ਵਿੱਚ ਪੁੱਛਿਆ ਗਿਆ ਸੀ ਅਪਰੇਸ਼ਨ ਕਿਹੜੀ ਰੇਸ਼ੋ ਕਿੰਨੀ ਹੁੰਦੀ ਹੈ ਰਾਸ਼ਟਰੀ ਝੰਡੇ ਦੀ ਰੇਸ਼ੋ ਕਿੰਨੀ ਹੁੰਦੀ ਹੈ ਇਹਦੀ ਰੇਸ਼ੋ ਹੁੰਦੀ ਆ 3 ਅਨੁਪਾਤ 2 ਦੇ ਵਿੱਚ ਹੁੰਦਾ ਹੈ ਠੀਕ ਹੈ ਜੀ ਇਹ ਹੁਣ ਦੇਖ ਲਓ ਕਿ 3 ਫੁੱਟ ਲੰ ਜਾਂ ਮਤਲਬ ਤੁਸੀਂ ਰੇਸ਼ੋ ਸਮਝ ਲਓ ਕਿ ਤਿੰਨ ਹਿੱਸਿਆਂ ਦਾ ਤਾਂ ਚੌੜਾ ਹੋਊਗਾ ਦੋ ਹਿੱਸਿਆਂ ਦਾ ਲੰਬਾਈ ਚ ਹੋਊਗਾ 3/2 ਰੇਸ਼ੋ ਦੇ ਵਿੱਚ ਇਹ ਹੋਊਗਾ ਤੇ ਇੱਕ ਗੱਲ ਹੋਰ ਪ੍ਰਸ਼ਨ ਪੁੱਛਿਆ ਜਾਂਦਾ ਹੁੰਦਾ ਕਿ ਜਿਹੜਾ ਆਪਣਾ ਰਾਸ਼ਟਰੀ ਝੰਡਾ ਹੈਗਾ ਇਹਦੇ ਵਿੱਚ ਤਿੰਨ ਰੰਗ ਹੁੰਦੇ ਆ ਠੀਕ ਹੈ ਸਭ ਤੋਂ ਉੱਪਰ ਰੰਗ ਜਿਹੜਾ ਹੁੰਦਾਗਾ ਉਹ ਹੁੰਦਾ ਰੰਗ ਆਪਣਾ ਕੇਸਰੀ ਵਿਚਕਾਰ ਸਫੇਦ ਜਮਨ ਹੇਠੇ ਜਿਹੜਾ ਹੁੰਦਾ ਹਰਾ ਹੁਣ ਇਹਦੇ ਵਿੱਚ ਪ੍ਰਸ਼ਨ ਆ ਸਕਦਾ ਕਿ ਜਿਹੜਾ ਕੇਸਰੀ ਰੰਗ ਹੈ ਕਾ ਦਾ ਪ੍ਰਤੀਕ ਹੈ ਜਿਹੜਾ ਕੇਸਰੀ ਰੰਗ ਹੈਗਾ ਇਹ ਹੈਗਾ ਪ੍ਰਤੀਕ ਸ਼ਹੀਦੀ ਦਾ ਕੀ ਆਪਣੇ ਲੋਕ ਜਿਹੜੇ ਭਾਰਤ ਦੇ ਲੋਕ ਆ ਕਿ ਆਜ਼ਾਦੀ ਲੈਣ ਵਾਸਤੇ ਆਪਣੀ ਸ਼ਿੱਧੀ ਵੀ ਦੇ ਗਈ ਸੀ ਠੀਕ ਹੈ ਜੀ ਜਿਹੜਾ ਸਫੇਦ ਰੰਗ ਹੈ ਇਹ ਹੈਗਾ ਸੱਚ ਬੋਲਣ ਦਾ ਕਿ ਸੱਚ ਸੱਚ ਦਾ ਪ੍ਰਤੀਕ ਹੈ ਇਹ ਜਿਹੜਾ ਤੀਸਰਾ ਹੋ ਗਿਆ ਹਰਾ ਇਹ ਹੈਗਾ ਆਪਣੀ ਹਰਿਆਲੀ ਦਾ ਪ੍ਰਤੀਕ ਠੀਕ ਹੈ ਜੀ ਇੱਕ ਤਾਂ ਇਹ ਯਾਦ ਰੱਖਣਾ ਇੱਕ ਕੰਪ੍ਰੇਸ਼ਨ ਹੋਰ ਕੀ ਆਊਗਾ ਜਿਹੜਾ ਇਹ ਵਿਚਾਲੇ ਨੇ ਇੱਕ ਚੱਕਰ ਬਣਿਆ ਹੁੰਦਾਗਾ ਇਹਦੇ ਵਿੱਚਕਾਰ ਇੱਕ ਅਸ਼ੋਕ ਚੱਕਰ ਬਣਿਆ ਉਹਨੂੰ ਅਸ਼ੋਕ ਚੱਕਰ ਵੀ ਕਹਿੰਦੇ ਆ ਤੇ ਉਹ ਕਹਾਦਾ ਪ੍ਰਤੀਕ ਹੈਗਾ ਉਹ ਹੈਗਾ ਆਪਣੇ ਕਾਨੂੰਨ ਦਾ ਪ੍ਰਤੀਕ ਹੈ ਜਿਹੜਾ ਵਿਚਾਲੇ ਇਹਦੇ ਚੱਕਰ ਆਗਾ ਉਹ ਹੈਗਾ ਆਪਣੇ ਕਾਨੂੰਨ ਦਾ ਪ੍ਰਤੀਕ ਇਹ ਗੱਲ ਭੁੱਲਣੀ ਨਹੀਂ ਇੱਕ ਅਪ੍ਰੇਸ਼ਨ ਇਹ ਚ ਹੋਰ ਬੰਨਾ ਰਾਸ਼ਟਰੀ ਝੰਡੇ ਦੇ ਵਿੱਚ ਇਹਦੇ ਚ ਤੀਲੀਆਂ ਹੁੰਦੀਆਂ ਤੀਲੀਆਂ ਆਏ ਉਹ ਤੀਲੀਆਂ ਦੀ ਸੰਖਿਆ ਕਿੰਨੀ ਹੁੰਦੀ ਹੈ ਉਹ ਤੀਲੀਆਂ ਦੀ ਸੰਖਿਆ ਹੁੰਦੀ ਹੈ 24 ਠੀਕ ਹੈ ਜੀ ਰਾਸ਼ਟਰੀ ਝੰਡੇ ਤੋਂ ਬਾਅਦ ਇਹ ਤੁਹ ਪਰੇਸ਼ਨ ਹੀ ਆਊਗਾ ਇੱਕ ਵਾਰੀ ਹੋਰ ਰਿਪੀਟ ਕਰਵਾ ਦਿੰਦਾ 22 ਜੁਲਾਈ 1947 ਦੇ ਵਿੱਚ 1900 22 ਜੁਲਾਈ 1947 ਦੇ ਵਿੱਚ ਆਪਾਂ ਰਾਸ਼ਟਰੀ ਝੰਡਾ ਅਪਣਾਇਆ ਸੀ ਠੀਕ ਹੈ ਜੀ ਪਿੰਗਲੀ ਪਕਾਇਆ ਸੀ ਜਿਹੜਾ ਉਹਨੇ ਆਪ ਨੂੰ ਰਾਸ਼ਟਰੀ ਝੰਡੇ ਦਾ ਡਿਜ਼ਾਈਨ ਦਿੱਤਾ ਸੀ ਠੀਕ ਹੈ ਜੀ ਰੇਸ਼ੋ ਕਿੰਨੀ ਹੈ 3:2 ਰੇਸ਼ੋ ਹੈ ਤਿੰਨ ਰੰਗ ਹੁੰਦੇ ਆ ਸਭ ਤੋਂ ਉੱਪਰ ਕੇਸਰੀ ਵਿਚਕਾਰ ਸਫੇਦ ਥੱਲੇ ਨੀਚੇ ਸਭ ਤੋਂ ਹਰਾ ਉਸ ਨੂੰ ਦੱਸਦੇ ਇਹਨਾਂ ਦੇ ਕਿਹੜੇ ਕਿਹੜੇ ਸੰਕੇਤ ਹੈ ਤੇ ਲਾਸਟ ਦੇ ਜਿਹੜਾ ਵਿਚਕਾਰ ਇਹ ਚੱਕਰ ਹੁੰਦਾ ਉਹਨੂੰ ਕਹਿੰਦੇ ਹੁੰਦੇ ਆਪਾਂ ਗੋਲ ਚੱਕਰ ਅਸ਼ੋਕ ਚੱਕਰ ਕਿਹਾ ਜਾਂਦਾ ਜਿਹੜਾ ਗੋਲ ਚੱਕਰ ਹੁੰਦਾ ਵਿਚਕਾਰ ਤੇ ਉਹਦੇ ਵਿੱਚ 24 ਤਿੱਲੀਆਂ ਹੈ ਤੇ ਇਹ ਗੱਲ ਭੁੱਲਣੀ ਨਹੀਂ 24 ਤਿੱਲੀਆਂ ਇਹ ਪ੍ਰਸ਼ਨ ਵੀ ਪੱਕਾ ਆ ਸਕਦਾ ਕਿ ਕਿੰਨੀਆਂ ਤਿੱਲੀਆਂ 24 ਤਿੱਲੀਆਂ ਉਹਦੇ ਵਿੱਚ ਠੀਕ ਹੈ ਜੀ ਬਸ ਇੱਥੇ ਆਪਰੇਸ਼ਨ ਸਮਾਪਤ ਹੋ ਗਈ ਇਸ ਤੋਂ ਬਾਅਦ ਆਪਰੇਸ਼ਨ ਦੇ ਵਿੱਚ ਹੋਰ ਕੋਈ ਨਹੀਂ ਉਹ ਅਨਸਰ ਨਹੀਂ ਆਊਗਾ ਬਸ ਹੋਰ ਇਹੀ ਵਿੱਚ ਵਿੱਚ ਇਹਦੇ ਮੇਨ ਮੇਨ ਫੈਕਟਰ ਤੁਹਾਨੂੰ ਦੱਸਦੇ ਜਿਹੜੇ ਇਹਦੇ ਹੈਗੇ ਆਗੇ ਤੇ ਇਸ ਤੋਂ ਬਾਅਦ ਜਿਹੜਾ ਆਪਣਾ ਅਗਲਾ ਆ ਗਿਆ ਉਹ ਹੈਗਾ ਭਾਰਤੀ ਰਾਸ਼ਟਰੀ ਕਾਂਗਰਸ ਆਈਐਨਐਸ ਆਈਐਨਸੀ ਕਿਸ ਅਧਿਵੇਸ਼ਨ ਤੇ ਸਭ ਤੋਂ ਪਹਿਲਾਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਦੇਖੋ ਇਹ ਜਿਹੜਾ ਝੰਡਾ ਲਹਿਰਾਇਆ ਗਿਆ ਸਭ ਤੋਂ ਪਹਿਲਾਂ ਇਹ ਪ੍ਰਸ਼ਨ ਪੁੱਛ ਸਕਦਾ ਕਿ ਆਈਐਨਸੀ ਦਾ ਨ ਇੱਕ ਉਹ ਹੋਇਆ ਸੀ ਅਧਿਵੇਸ਼ਨ ਹੋਇਆ ਸੀ ਇੰਡੀਅਨ ਨੈਸ਼ਨਲ ਕਾਂਗਰਸ ਦਾ ਉਦੇ ਵਿੱਚ ਸਭ ਤੋਂ ਪਹਿਲਾ ਝੰਡਾ ਕਿਦੋਂ ਲਹਿਰਾਇਆ ਗਿਆ ਉਹਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਝੰਡਾ ਲਹਿਰਾਇਆ ਗਿਆ ਸੀ ਉਹ ਲਹਿਰਾਇਆ ਗਿਆ ਸੀ ਆਪਣਾ ਜੀ 1929 ਦੇ ਵਿੱਚ ਕਿਹਦੇ ਵਿੱਚ ਲਹਿਰਾਇਆ ਗਿਆ ਸੀ ਜੀ ਉਹ ਝੰਡਾ ਆਪਣਾ ਉਹ ਲਹਿਰਾਇਆ ਗਿਆ ਸੀ 1929 ਦੇ ਵਿੱਚ ਤੇ ਇੱਕ ਅਪਰੇਸ਼ਨ ਹੋਰ ਵੀ ਇੱਥੋਂ ਇਹ ਬਣੂਗਾ ਕਿ ਜਵਾਹਰ ਲਾਲ ਨਹਿਰੂ ਦੀ ਅਗਸ਼ਤਾ ਦੇ ਵਿੱਚ ਇਹ ਮਤਲਬ ਜੇ ਝੰਡਾ ਲਹਿਰਾਇਆ ਗਿਆ ਸੀ ਇਹ ਕਿਹੜੀ ਨਦੀ ਦੇ ਕਿਨਾਰੇ ਲਹਿਰਾਇਆ ਗਿਆ ਸੀ ਇਹ ਲਹਿਰਾਇਆ ਗਿਆ ਸੀ ਜੀ ਆਪਣਾ ਰਾਵੀ ਨਦੀ ਦੇ ਕਿਨਾਰੇ ਤੇ ਇਹ ਲਹਿਰਾਇਆ ਗਿਆ ਸੀ ਰਾਵੀ ਨਦੀ ਦੇ ਕਿਨਾਰੇ ਤੇ ਇਹ ਚੀਜ਼ਾਂ ਭੁੱਲਣੀਆਂ ਨਹੀਂ ਅਪ੍ਰੇਸ਼ਨ ਇੱਥੋਂ ਵੀ ਪੁੱਛ ਸਕਦੇ ਆ ਕਿ ਕਿਹੜੀ ਨਦੀ ਦੇ ਕਿਨਾਰੇ ਤੇ ਲਹਿਰਾਇਆ ਗਿਆ ਸੀ ਇਹ ਰਾਵੀ ਨਦੀ ਦੇ ਕਿਨਾਰੇ ਤੇ ਇਸ ਤੋਂ ਬਾਅਦ ਇੱਕ ਅਪ੍ਰੇਸ਼ਨ ਹੋਰ ਇੱਥੋਂ ਹੀ ਬਣੂਗਾ ਕਿ ਇੱਥੇ ਪੂਰਨ ਸਵਰਾਜ ਠੀਕ ਹੈ ਜੀ ਕੀ ਪੂਰਨ ਸਵਰਾਜ ਸਵੀਕਾਰ ਕੀਤਾ ਗਿਆ ਸੀ ਜਿਵੇਂ ਕਿ ਆਪਾਂ ਆਈਐਨਸੀ ਦੇ ਵਿੱਚ ਤੁਹਾਨੂੰ ਕਰਵਾਉਂਗਾ ਕਿ ਸਭ ਤੋਂ ਪਹਿਲਾਂ ਸਵਰਾਜ ਸ਼ਬਦ ਦੀ ਵਰਤੋਂ ਕਿਦੋਂ ਕੀਤੀ ਗਈ ਸੀ ਤੁਸੀਂ ਉਹਨਾਂ ਦੇਖੋ ਬਸ ਤੁਸੀਂ ਇਹ ਦੇਖੋਗੇ ਪੂਰਨ ਸਵਰਾਜ ਦੀ ਮੰਗ ਕਿੱਥੇ ਗਈ ਸੀ ਕਿੱਥੇ ਕੀਤੀ ਗਈ ਸੀ ਲਾਹੌਰ ਅਧਿਵੇਸ਼ਨ ਲਾਹੌਰ ਅਧਿਵੇਸ਼ਨ 1929 ਦੇ ਵਿੱਚ ਕਾਦੀ ਗੱਲ ਕੀਤੀ ਗਈ ਸੀ ਇਹ ਗੱਲ ਕੀਤੀ ਗਈ ਸੀ ਜੀ ਆਪਣੀ ਪੂਰਨ ਸਵਰਾਜ ਦੀ ਇਹ ਭੁੱਲਣਾ ਨਹੀਂ ਹੈਗਾ ਤੇ ਦੂਸਰਾ ਆਈਐਨਸੀ ਦੇ ਕਿਸੇ ਅਧਿਵੇਸ਼ਨ ਦੇ ਵਿੱਚ ਪਹਿਲੀ ਵਾਰ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਇਹ ਲਹਿਰਾਇਆ ਗਿਆ ਸੀ ਲਾਹੌਰ ਅਧਿਵੇਸ਼ਨ 1929 ਦੇ ਵਿੱਚ ਰਾਵੀ ਨਦੀ ਦੇ ਕਿਨਾਰੇ ਤੇ ਓਕੇ ਜੀ ਠੀਕ ਹੈ ਜੀ ਦੋ ਗੱਲਾਂ ਕਲੀਅਰ ਹੋ ਗਈਆਂ ਆਈਐਨਸੀ ਦਾ ਇਹ ਪੇਸ਼ੈਂਟ ਦਾ ਰਾਸ਼ਟਰੀ ਝੰਡਾ ਕਿੱਥੇ ਲਹਿਰਾਇਆ ਗਿਆ ਸੀ ਲਾਹੌਰ ਅਡਿਵੀਸ਼ਨ ਦੇ ਵਿੱਚ ਤੇ ਠੀਕ ਹੈ ਜੀ ਲਾਹੌਰ ਅਡਿਵੀਸ਼ਨ ਦੇ ਵਿੱਚ ਲਹਿਰਾਇਆ ਗਿਆ ਸੀ ਤੇ ਕਿਹੜੀ ਨਦੀ ਦੇ ਕਿਨਾਰੇ ਲਹਿਰਾਇਆ ਗਿਆ ਸੀ ਆਪਣਾ ਰਾਵੀ ਨਦੀ ਦੇ ਕਿਨਾਰੇ ਤੇ ਇਸ ਤੋਂ ਬਾਅਦ ਆਪਣਾ ਤੀਸਰਾ ਹੈਗਾਗਾ ਤੀ ਸਤੁਸਤੀਆ ਨਾ ਦੇਖੋ 30 ਦੇ ਵਿੱਚ ਤੁਸੀਂ ਸਿਰਫ ਯਾਦ ਕਰਨਾ ਦਾਦਾ ਭਾਈ ਨਰੋਜੀ ਨੂੰ ਕੀ ਕਿਹਾ ਗਿਆ ਸੀ ਦੀਨ ਬੰਦੂ ਦੀਨ ਬੰਦੂ ਕਿਹਨੂੰ ਕਿਹਾ ਜਾਂਦਾ ਦਾਦਾ ਭਾਈ ਨਰੋਜੀ ਨੂੰ ਇਹ ਪ੍ਰਸ਼ਨ ਡਾਇਰੈਕਟ ਪੁੱਛਿਆ ਜਾ ਸਕਦਾ ਹੈ ਕਿ ਦੀਨ ਬੰਦੂ ਕਿਸ ਨੂੰ ਕਿਹਾ ਜਾਂਦਾ ਦੱਦੇ ਤੇ ਦੀਨ ਦੱਦੇ ਤੇ ਦਾਦਾ ਭਾਈ ਨਰੋਜੀ ਦੋਨੇ ਟਰਿਕ ਦੇ ਨਾਲ ਯਾਦ ਕਰ ਲਓ ਇਸ ਤੋਂ ਬਾਅਦ ਪੰਜਾਬ ਕੇਸਰੀ ਕਿਸ ਨੂੰ ਕਿਹਾ ਜਾਂਦਾ ਪੰਜਾਬ ਕੇਸਰੀ ਕਿਹਾ ਜਾਂਦਾ ਆਪਣੇ ਲਾਲਾ ਲਾਜਪਤਰਾਏ ਨੂੰ ਜਿਹੜੇ ਕਿ 1928 ਦੇ ਵਿੱਚ ਸਾਈਮਨ ਕਮਿਸ਼ਨ ਦਾ ਵਿਰੋਧ ਕਰਦੇ ਸਮੇਂ लाठੀਆਂ ਨਾਲ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਠੀਕ ਹੈ ਜੀ ਇਸ ਤੋਂ ਬਾਅਦ ਹੜੱਪ ਨੀਤੀ ਦੇ ਅੰਤਰਗਤ ਸਭ ਤੋਂ ਪਹਿਲਾਂ ਅੰਗਰੇਜ਼ਾਂ ਦੁਆਰਾ ਕਿਸ ਰਾਜ ਨੂੰ ਆਪਣੇ ਅੰਦਰ ਕੀਤਾ ਗਿਆ ਦੇਖੋ ਇਹ ਸਭ ਤੋਂ ਜ਼ਿਆਦਾ ਮਹੱਤਵਪੂਰਨ ਆ ਹੜੱਪ ਨੀਤੀ ਕੀ ਸੀ ਇਹਨੂੰ ਇੰਗਲਿਸ਼ ਦੇ ਵਿੱਚ ਡਾਕਟਾਈਨ ਲੈਪਸ ਆਫ ਡਾਕਟਾਈਨ ਵੀ ਕਿਹਾ ਜਾਂਦਾ ਲੈਪਸ ਆਫ ਡਾਕਟਾਈਨ ਇਹਦੇ ਵਿੱਚ ਕੀ ਹੋਇਆ ਸੀ ਹੜੱਪ ਨੀਤੀ ਦੇ ਵਿੱਚ ਇਹਦਾ ਕੀ ਮਸਲਾ ਸੀ ਹੜੱਪ ਨੀਤੀ ਦਾ ਇਹਦੇ ਵਿੱਚ ਇਹ ਸੀ ਕਿ ਜਿਹੜੇ ਵੀ ਰਾਜੇ ਦੇ ਕੋਈ ਔਲਾਦ ਨਹੀਂ ਹੁੰਦੀ ਸੀ ਉਲਾਦ ਨਹੀਂ ਹੁੰਦੀ ਸੀ ਠੀਕ ਹੈ ਨਾ ਉਹਦੀ ਜਿਹੜੀ ਜ਼ਮੀਨ ਸੀ ਜਿਹੜੀ ਉਹਦੀ ਜਾਇਦਾਦ ਸੀ ਉਹ ਤੇ ਅੰਗਰੇਜ਼ ਸਰਕਾਰ ਆਪਣਾ ਹੱਕ ਕਰ ਲੈਂਦੀ ਸੀ ਕਿ ਇਹ ਤੇ ਜੀ ਹੁਣ ਸਾਡਾ ਹੱਕ ਹੈਗਾ ਤੁਹਾਡੇ ਬੱਚਾ ਹੈ ਨਹੀਂ ਤੁਸੀਂ ਗੋਦ ਵੀ ਨਹੀਂ ਲੈ ਸਕਦੇ ਜੇ ਤੁਸੀਂ ਕੋਈ ਬੱਚਾ ਗੋਦ ਲੈਂਦੇ ਹੋ ਤਾਂ ਉਹਨੂੰ ਮਾਨਤਾ ਨਹੀਂ ਦੇਵਾਂਗੇ ਅਸੀਂ ਉਹ ਇੱਕ ਮਤਲਬ ਜਾਲੀ ਕੰਮ ਹੋਊਗਾ ਕਿ ਜਿਹੜੇ ਬੱਚੇ ਜਿਹੜੇ ਰਾਜੇ ਦੇ ਆਪ ਦੀ ਅਸਲੀ ਉਲਾਦ ਹੈਗੀ ਆ ਉਸੇ ਨੂੰ ਹੀ ਉਹਦੀ ਜਾਇਦਾਦ ਦਾ वारਸ ਮੰਨਿਆ ਜਾਊਗਾ ਹੋਰ ਕਿਸੇ ਨੂੰ ਗੋਦ ਲੇਤੇ ਹੋਏ ਬੱਚੇ ਨੂੰ ਵੀ ਉਹਦਾ वारਸ ਨਹੀਂ ਮੰਨਿਆ ਜਾਊਗਾ ਇਹਦੇ ਅੰਤਰਗਤ ਅੰਗਰੇਜ਼ਾਂ ਨੇ ਕਿਹੜੀ ਨੀਤੀ ਚਲਾਈ ਸੀ ਹੜੱਪ ਨੀਤੀ ਚਲਾਈ ਸੀ ਇਹ ਨੀਤੀ ਲੈ ਕੇ ਕੌਣ ਆਇਆ ਸੀ ਇਹ ਲੈ ਕੇ ਐਸੀਡਲ ਢੋਜੀ ਲਾਰਡ ਢੋਜੀ ਇਹ ਨੀਤੀ ਲੈ ਕੇ ਆਇਆ ਸੀ ਢੋਜੀ ਨੇ ਚੰਗੇ ਕੰਮ ਵੀ ਬਹੁਤ ਕੀਤੇ ਸੀ ਤੇ ਮਾੜੇ ਵੀ ਕਈ ਕੀਤੇ ਸੀ ਢੋਜੀ ਦੀ ਇਹ ਗੱਲ ਤੋਂ ਨਾ ਮਤਲਬ ਅੰਗਰੇਜ਼ਾਂ ਪ੍ਰਤੀ ਹੁਣ ਹੋਰ ਵੀ ਲੋਕਾਂ ਦੇ ਵਿੱਚ ਮਤਲਬ ਕਿਨਾ ਹੋਣ ਲੱਗ ਗਈ ਉਹਨਾਂ ਨੂੰ ਅੰਗਰੇਜ਼ਾਂ ਦੇ ਨਾ ਮਤਲਬ ਇਹ ਚੀਜ਼ਾਂ ਦੇ ਨਾ ਨਫ਼ਰਤ ਹੋਣ ਲੱਗ ਗਈ ਇਹਦੇ ਕਾਰਨ ਹੀ ਕਈ ਵਿਦਰੋਹ ਵਿੱਚ ਬਹੁਤ ਸਾਰੇ ਵਿਦਰੋਹ ਹੀ ਹੋਏ ਆ ਇਹਦੇ ਕਰਕੇ ਉਹ ਵਿਦਰੋਹਾਂ ਬਾਰੇ ਆਪਾਂ ਅਲੱਗ ਤੋਂ ਪੜਾਂਗੇ ਠੀਕ ਹੈ ਜੀ ਦੇਖੋ ਹੜੱਪ ਨੀਤੀ ਦੇ ਅੰਦਰ ਦਾ ਸਭ ਤੋਂ ਪਹਿਲਾਂ ਅੰਗਰੇਜ਼ਾਂ ਦੁਆਰਾ ਕਿਸ ਰਾਜ ਨੂੰ ਆਪਣੇ ਅੰਦਰ ਕੀਤਾ ਗਿਆ ਇਹ ਲਿੱਤਾ ਗਿਆ ਸੀ ਆਪਣਾ 17 ਜਾਂਸੀ ਜੌਨਪੁਰ ਅਵਦ ਤੇ 17 ਇਹਦੀ ਆਨਸਰ ਹੈਗਾ ਜੀ 17 17 ਨੂੰ ਹੜੱਪ ਨੀਤੀ ਦੇ ਅੰਦਰ ਅੰਤਰਗਤ ਸਭ ਤੋਂ ਪਹਿਲਾਂ ਅੰਗਰੇਜ਼ਾਂ ਨੇ ਹੜੱਪਿਆ ਸੀ ਠੀਕ ਹੈ ਜੀ ਇਹ ਯਾਦ ਰੱਖਣਾਗਾ ਇਸ ਤੋਂ ਬਾਅਦ ਭਾਰਤ ਵਿੱਚ ਕਾਲਜਾਂ ਦੀ ਸਥਾਪਨਾ ਕਿਸਲੇ ਸ਼ਾਸਨ ਕਾਲ ਦੇ ਵਿੱਚ ਹੋਈ ਦੇਖੋ ਬਹੁਤ ਜ਼ਿਆਦਾ ਮਤਬੁਨ ਪ੍ਰਸ਼ਨ ਆਈ ਵੀ ਕਾਲਜਾਨੀ ਜਿਹੜੀ ਸਥਾਪਨਾ ਹੋਈ ਸੀ ਉਹ ਕਿਦੇ ਮਤਲਬ ਕਿਦੇ ਸ਼ਾਸਨ ਕਾਲ ਦੇ ਵਿੱਚ ਹੋਈ ਸੀ ਉਹ ਹੋਈ ਸੀ ਆਪਣੇ ਜੀ ਲਾਰਡ ਕੈਨਿੰਗ ਲਾਰਡ ਕੈਨਿੰਗ ਦੇ ਮਤਲਬ ਸਮੇਂ ਦੇ ਵਿੱਚ ਕੀ ਹੋਈ ਸੀ ਕਾਲਜਾਨੀ ਸਥਾਪਨਾ ਹੋਈ ਸੀ ਇਹ ਕਿਉਂ ਕਿਵੇਂ ਕਰੀ ਸੀ ਕਿਉਂਕਿ ਸ਼ਾਸਨ ਕਾਲ ਦੇ ਲਾਰਡ ਕੈਨਿੰਗ ਦੇ ਸ਼ਾਸਨ ਕਾਲ ਦੇ ਵਿੱਚ ਕਿਉਂ ਹੋਇਆ ਕਿਉਂਕਿ ਸ਼ਾਸਨ ਜਿਹੜਾ ਲਾਰਡ ਕੈਨਿੰਗ ਸੀ ਇਹਦੇ ਵਿੱਚ ਇੱਕ ਲੰਡਨ ਚ ਬਿਸ਼ਪਦਾਲੇ ਸੀ ਇੱਕ ਇੱਕ ਲੰਡਨ ਦੇ ਵਿੱਚ ਬਿਸ਼ਪਦਾਲੇ ਸੀ ਉਹਦੀ ਕਾਪੀ ਕਰਕੇ ਇਹਨੇ ਆਪਣੇ ਇੰਡੀਆ ਦੇ ਵਿੱਚ ਇੱਕ ਤਾਂ ਕਲਕੱਤਾ ਦੇ ਵਿੱਚ ਇੱਕ ਕਰਿਆ ਸੀ ਆਪਣਾ ਬੰਬਈ ਦੇ ਵਿੱਚ ਤੇ ਇੱਕ ਕੀਤਾ ਸੀ ਆਪਣੇ ਨੇ ਮਦਰਾਸ ਦੇ ਵਿੱਚ ਤਿੰਨ ਜਗ੍ਹਾ ਤੇ ਇਹਨੇ ਕਾਲਜ ਸਥਾਪਨਾ ਕੀਤੀ ਸੀ ਲੰਡਨ ਦੇ ਕਾਲਜਾਂ ਦੇ ਹਿਸਾਬ ਤੇ ਇਹਨਾਂ ਨੇ ਇੱਥੇ ਉਵੇਂ ਜਿਵੇਂ ਕਾਲਜ ਬਣਾਏ ਸੀ ਸੇਮ ਟੂ ਸੇਮ ਕਿੱਥੇ ਕਿੱਥੇ ਕਲਕੱਤਾ ਬੰਬਈ ਮਦਰਾਸ ਕੀ ਵੀ ਪੁੱਛ ਲੱਗਦਾ ਪੁੱਛ ਸਕਦੇ ਆ ਕਿ ਜਿਹੜੇ ਲਾਰਡ ਕੈਨਿੰਗ ਨੇ ਆਪਰੇ ਕਾਲ ਦੇ ਦੀ ਸਥਾਪਨਾ ਕੀਤੀ ਸੀ ਉਹ ਕਿਹੜੇ-ਕਿਹੜੇ ਮਤਲਬ ਸਟੇਟਾਂ ਦੇ ਵਿੱਚ ਕੀਤੀ ਸੀ ਉਹ ਕੀਤੀ ਸੀ ਮਦਰਾਸ, ਕਲਕੱਤਾ, ਬੰਬਈ ਦੂਸਰੀ ਗੱਲ ਅੱਧਿਆਂ ਤਾਂ ਇਹ ਨਹੀਂ ਪਤਾ ਹੋਣਾ ਕਿ ਮਦਰਾਸ ਤਾਂ ਹੁਣ ਕਦੇ ਸੁਣੇ ਨਹੀਂ ਮਦਰਾਸ ਹੈ ਕਿੱਥੇ ਮਦਰਾਸ ਨੂੰ ਕੋਈ ਚੱਕ ਕੇ ਲੈ ਗਿਆ ਜਾਂ ਅੰਗਰੇਜ਼ਾਂ ਉਹਦੇ ਨਾਲ ਹੀ ਲੈ ਗਏ ਮਦਰਾਸ ਜੀ ਚਨਈ ਦਾ ਪੁਰਾਣਾ ਨਾਮ ਚਨਈ ਦਾ ਪੁਰਾਣਾ ਨਾਮ ਆਗਾ ਹੁਣ ਆਪ ਸੁਣਦੇ ਨਹੀਂ ਕਿ ਚਨਈ ਚਨਈ ਦਾ ਪੁਰਾਣਾ ਨਾਮ ਕੀ ਹੈਗਾ ਮਦਰਾਸ ਇਹ ਵੀ ਨਹੀਂ ਭੁੱਲਣਾ ਪ੍ਰੀਸ਼ਨ ਇਹ ਵੀ ਆ ਸਕਦਾ ਕਿ ਭਾਈ ਚਨਈ ਦਾ ਪੁਰਾਣਾ ਨਾਮ ਦੱਸੋ ਕੀ ਹੈ ਉਹ ਮਦਰਾਸ ਹੈਗਾ ਠੀਕ ਹੈ ਜੀ ਇਹ ਤੁਹਾਡਾ ਕਲੀਅਰ ਹੋ ਗਿਆ ਭਾਰਤ ਵਿੱਚ ਕਾਲ ਦੇ ਸਮੇਂ ਕਿਸੇ ਸ਼ਾਸਨ ਕਾਲ ਦੇ ਸਮੇਂ ਹੋਈ ਸੀ ਦੁਬਾਰੇ ਫਿਰਦਾ ਦਾ ਲਾਰਡ ਆਪਣੇ ਕੈਨਿੰਗ ਦੇ ਇਸ ਤੋਂ ਬਾਅਦ ਕਰੋ ਜਾਂ ਮਰੋ ਦਾ ਨਾਰਾ ਕਿਸ ਨੇ ਦਿੱਤਾ ਕਰੋ ਜਾਂ ਮਰੋ ਦਾ ਨਾਰਾ ਜਿਹੜਾ ਦਿੱਤਾ ਸੀ ਇਹ ਦਿੱਤਾ ਸੀ ਜੀ ਆਪਣੇ ਮਹਾਤਮਾ ਗਾਂਧੀ ਜੀ ਨੇ ਇਹ ਨਾਰਾ ਇਹਨਾਂ ਨੇ ਕਿਦੋਂ ਦਿੱਤਾ ਸੀ ਇਹ ਨਾਰਾ ਦਿੱਤਾ ਸੀ ਇਹਨਾਂ ਨੇ ਜੀ 8 ਅਗਸਤ 1942 ਨੂੰ ਜਦੋਂ ਭਾਰਤ ਛੱਡੋ ਅੰਦੋਲਨ ਪ੍ਰੇਸ਼ਣ ਇੱਥੋਂ ਹੀ ਬਣੂਗਾ ਕਿ ਭਾਰਤ ਛੱਡੋ ਅੰਦੋਲਨ ਕਿਦੋਂ ਸ਼ੁਰੂ ਹੋਇਆ ਸੀ ਭਾਰਤ ਛੱਡੋ ਅੰਦੋਲਨ ਹੋਇਆ ਸੀ 1942 ਦੇ ਵਿੱਚ ਸ਼ੁਰੂ ਹੋਇਆ ਸੀ ਕਿਹੜਾ ਕਿਹੜਾ ਭਾਰਤ ਛੱਡੋ ਅੰਦੋਲਨ ਪ੍ਰੇਸ਼ਣ ਇੱਥੋਂ ਬਣੂਗਾ ਕਿ ਭਾਰਤ ਛੱਡੋ ਅੰਦੋਲਨ ਕਿਦੋਂ ਸ਼ੁਰੂ ਹੋਇਆ 1942 ਦੇ ਵਿੱਚ ਤੇ ਉਹਦੇ ਇਹ ਦੋਨਾਂ ਦੇ ਵਿੱਚ ਹੀ ਗਾਂਧੀ ਜੀ ਨੇ 8 ਅਗਸਤ 1942 ਨੂੰ ਠੀਕ ਹੈ ਜੀ ਇਹ ਬंबई ਦੇ ਵਿੱਚ ਸੀ ਗਵਾਲੀਆ ਟੈਂਕ ਮੈਦਾਨ ਸੀ ਇੱਕ ਉੱਥੇ ਸੀ ਇਹ ਉੱਥੇ ਇਹਨਾਂ ਨੇ ਇਹ ਗੱਲ ਕਹੀ ਸੀ ਕਰੋ ਜਾਂ ਮਰੋ ਜਾਂ ਤਾਂ ਤੁਸੀਂ ਆਪਣੀ ਜਾਤੀ ਵਾਸਤੇ ਲੜਪੋ ਜਾਂ ਚੁੱਪ ਕਰਕੇ ਘਰੇ ਬਹਿ ਜਾਓ ਠੀਕ ਹੈ ਜਿਹੜੇ ਤੁਸੀਂ ਕਰੋਗੇ ਤਾਂ ਬਚੂਗੇ ਨਹੀਂ ਤੁਸੀਂ ਮਰੋਗੇ ਗਾਂਧੀ ਜੀ ਤਾਂ ਕਹਿੰਦਾ ਮਤਲਬ ਇਹ ਸੀ ਕਰੋ ਜਾਂ ਮਰੋ ਨਾ ਨਾ ਕਿਸੇ ਨੇ ਦਿੱਤਾ ਮਹਾਤਮਾ ਗਾਂਧੀ ਨੇ ਕਿਦੋਂ ਦਿੱਤਾ 8 ਅਗਸਤ 1942 ਨੂੰ ਤੇ ਭਾਰਤ ਛੱਡੋ ਅੰਦੋਲਨ ਕਦੋਂ ਸ਼ੁਰੂ ਹੋਇਆ ਸੀ 1942 ਦੇ ਵਿੱਚ ਇੱਕ ਹੋਰ ਵੀ ਆਉਂਦੀ ਹੁੰਦੀ ਹੈ ਲਾਈਨ ਬਸ ਇਸ ਨੂੰ ਮੈਂ ਅਲੱਗ ਕਰਵਾਉਂਗਾ ਜਿਹੜੇ ਇੰਪੋਰਟੈਂਟ ਇਹਨਾਂ ਦੀਆਂ ਮਤਲਬ ਕਥਨ ਦਿੱਤੇ ਹੋਏ ਆ ਉਹ ਯਾਦ ਕਰ ਲਓ ਅ ਆਹ ਦੇਖੋ ਆਰਾਮ ਹਰਾਮ ਹੈ ਆਰਾਮ ਹੈ ਜਿਹੜਾ ਉਹ ਹਰਾਮ ਹੈ ਇਹ ਕਿਹਨੇ ਦਿੱਤਾ ਸੀ ਇਹ ਕਥਨ ਕਿਹਨੇ ਦਿੱਤਾ ਸੀ ਇਸੇ ਅੰਦੋਲਨ ਦੇ ਵਿੱਚ ਭਾਰਤ ਛਡੋ ਅੰਦੋਲਨ ਦੇ ਵਿੱਚ ਇਹੀ ਜਿਹੜਾ ਕਥਨ ਦਿੱਤਾ ਸੀ ਇਹ ਦਿੱਤਾ ਸੀ ਆਪਣੇ ਜਵਾਹਰ ਲਾਲ ਨਹਿਰੂ ਨੇ ਜਵਾਹਰ ਲਾਲ ਨਹਿਰੂ ਨੇ ਦਿੱਤਾ ਸੀ ਠੀਕ ਹੈ ਜੀ ਤੇ ਕਰੋ ਜਾਂ ਮਰੋ ਦਾ ਨਾ ਰਕਿਨੇ ਦਿੱਤਾ ਸੀ ਮਹਾਤਮਾ ਗਾਂਧੀ ਜੀ ਕਿਹੜੇ ਅੰਦੋਲਨ ਦੇ ਵਿੱਚ ਭਾਰਤ ਛਡੋ ਅੰਦੋਲਨ ਦੇ ਵਿੱਚ ਭਾਰਤ ਛਡੋ ਅੰਦੋਲਨ ਹੋਇਆ ਕਿਦੋਂ ਸੀ 1942 ਦੇ ਵਿੱਚ ਇਸੇ ਅੰਦੋਲਨ ਦੇ ਵਿੱਚ 1942 ਵਾਲੇ ਦੇ ਵਿੱਚ ਹੀ ਜਵਾਹਰ ਲਾਲ ਨਹਿਰੂ ਨੇ ਵੀ ਆਪਣਾ ਇੱਕ ਕਥਨ ਦਿੱਤਾ ਸੀ ਉਹਨਾਂ ਨੇ ਕੀ ਕਥਨ ਦਿੱਤਾ ਸੀ ਕਿ ਆਰਾਮ ਆ ਜਿਹੜਾ ਉਹ ਹਰਾਮ ਆ ਠੀਕ ਹੈ ਜੀ ਕਿਸ ਸਾਲ 26 ਜਨਵਰੀ ਨੂੰ ਸਵਤੰਤਰਤਾ ਦਿਵਸ ਦੇ ਤੌਰ ਤੇ ਮਨਾਇਆ ਗਿਆ ਬਹੁਤ ਜ਼ਿਆਦਾ ਮਹੱਤਵਪੂਰਨ ਪਰਿਸ਼ਨ ਹੈਗਾ ਇਹ ਕਿਹੜੇ ਕਿਸ ਸਾਲ 26 ਜਨਵਰੀ ਨੂੰ ਸਵਤੰਤਰਤਾ ਦਿਵਸ ਦੇ ਤੌਰ ਤੇ ਮਨਾਇਆ ਗਿਆ ਇਹ ਮਨਾਇਆ ਗਿਆ ਜੀ ਆਪਣਾ 1930 ਨੂੰ 1930 ਨੂੰ 26 ਜਨਵਰੀ ਸਵਤੰਤਰਤਾ ਦਿਵਸ ਦੇ ਤੌਰ ਤੇ ਮਨਾਇਆ ਗਿਆ ਸੀ ਠੀਕ ਹੈ ਜਿਹੜਾ 1930 ਨੂੰ ਕਰਵਾ ਕੇ ਕਿ ਨਾ ਉਸ 29 ਦੇ ਵਿੱਚ ਜਿਹੜਾ ਲਾਹੌਰ ਅਧਿਵੇਸ਼ਨ ਹੋਇਆ ਸੀ ਜਿਹੜਾ ਪੰਚਨ ਦਾ ਲਹਿਰਾਇਆ ਸੀ ਯਾਦ ਹੋ ਤੁਹਾਡੇ ਕੋਲ ਰਾਵੀ ਨਦੀ ਦੇ ਕਿਨਾਰੇ ਤੇ ਚੰਡਾਲ ਹਰਾਇਆ ਸੀ ਇਸ ਤੋਂ ਬਾਅਦ ਉਸੇ ਦਿਨ ਇਹਨਾਂ ਨੇ ਇਹ ਗੱਲ ਕਹੇਤੀ ਸੀ ਕਿ ਜਿਹੜੇ 26 ਜਨਵਰੀ ਹੋਊਗੀ 26 ਜਨਵਰੀ 1930 ਨੂੰ ਆਪਾਂ ਆਪਣਾ ਪਹਿਲਾ ਸੁਤੰਤਰਤਾ ਦਿਵਸ ਮਨਾਉਣ ਦਾ ਨਿਰਣੈ ਲੇਤਾ ਸੀ ਇਹਨਾਂ ਨੇ ਕਿ ਆਪਾਂ 26 ਜਨਵਰੀ ਨੂੰ 30 ਨੂੰ ਆਪਣਾ ਪਹਿਲਾ ਸਵਤੰਤਰਤਾ ਦਿਵਸ ਮਨਾਵਾਂਗੇ ਇਹ ਪ੍ਰਸ਼ਨ ਵੀ ਆ ਸਕਦੇ ਸਵਤੰਤਰਤਾ ਦਾ ਦਿਵਸ ਪਹਿਲੀ ਵਾਰ ਕਦੋਂ ਮਨਾਉਣ ਦੀ ਗੱਲ ਕਹੀ ਗਈ ਸੀ ਕਿਦੋਂ ਮੜਾਇਆ ਗਿਆ 26 ਜਨਵਰੀ 1930 ਦੇ ਵਿੱਚ ਇਹ ਗੱਲ ਕਹੀ ਗਈਦੋਂ ਸੀ ਇਹ ਗੱਲ ਕਹੀ ਸੀ ਲਾਹੌਰ ਅਦਿবেশਨ ਹੋਇਆ ਜਿਹੜਾ 1929 ਦੇ ਵਿੱਚ ਜਦੋਂ ਆਪਾਂ ਪਹਿਲੀ ਵਾਰ ਰਾਸ਼ਟਰੀ ਚੰਡਾ ਲਹਿਰਾਇਆ ਸੀ ਉਦੋਂ ਹੀ ਗੱਲ ਦਾ ਨਿਰਣੇ ਲਿੱਤਾ ਗਿਆ ਸੀ ਜਦੋਂ ਪੂਰਾ ਦੇਸ਼ ਸੌਂ ਰਿਹਾ ਹੋਵੇਗਾ ਉਦੋਂ ਭਾਰਤ ਦੇ ਵਿੱਚ ਭਾਰਤ ਦੇ ਨਵੇਂ ਜੀਵਨ ਇਹ ਕਥਨ ਕਿਸ ਦਾ ਹੈ ਸੁਭਾਚੰਦਰ ਬੋਸ ਮੁੱਤੀਦਾਲ ਨਹਿਰੂ ਤੇ ਜਵਾਹਰ ਲਾਲ ਨਹਿਰੂ ਤੇ ਬੱਲਭਾਈ ਪਟੇਲ ਜਿਹੜਾ ਇਹ ਕਥਨ ਹੈ ਜੀ ਇਹ ਕਥਨ ਹੈਗਾ ਹੈ ਆਪਣੇ ਜਵਾਹਰ ਲਾਲ ਨਹਿਰੂ ਜੀ ਦਾ ਇਹਨਾਂ ਨੇ ਇਹ ਕਥਨ ਕਿਹ דו ਦਿੱਤਾ ਸੀ ਇਹ ਇਹਨਾਂ ਨੇ ਦਿੱਤਾ ਸੀ ਆਪਣੇ 14 ਅਗਸਤ 1947 ਨੂੰ ਕਹਿੰਦਾ ਮਤਲਬ ਕਿ ਆਜ਼ਾਦੀ ਤੋਂ ਇੱਕ ਦਿਨ ਪਹਿਲਾਂ ਜਿੱਦੋਂ ਆਪ ਨੂੰ ਪਤਾ ਸੀ ਕਿ ਕਾਨੂੰ ਤਾਂ ਆਪ ਨੂੰ ਆਜ਼ਾਦੀ ਮਿਲਣੀ ਆ 15 ਅਗਸਤ ਨੂੰ ਆਪ ਨੂੰ ਆਜ਼ਾਦੀ ਮਿਲਣੀ ਆ ਉਸ ਦਿਨ 14 ਤਰੀਕ ਨੂੰ ਇਹਨਾਂ ਨੇ ਇਹ ਸਟੇਟਮੈਂਟ ਕਹੀ ਸੀ ਕਿ ਆਪਾਂ ਨੂੰ ਰਾਤ ਦੇ 12 ਵਜੇ ਤੋਂ ਬਾਅਦ ਨਵਾਂ ਦਿਨ ਚੜ੍ਹ ਜਾਂਦਾ ਨਾ ਕਿ ਉਦੋਂ ਆਪ ਨੂੰ ਆਜ਼ਾਦੀ ਮਿਲੂਗੀ ਜਦੋਂ ਕਿ ਸਾਰਾ ਦੇਸ਼ ਸੁੱਤਾ ਪਿਆ ਹੋਊਗਾ ਉਦੋਂ ਆਪ ਨੂੰ ਆਜ਼ਾਦੀ ਮਿਲੂਗੀ ਇਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਠੀਕ ਹੈ ਜੀ ਇਸ ਤੋਂ ਬਾਅਦ ਸ਼ਰਫ ਰੋਸ ਦੀ ਕੀਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜੋਰ ਕਿਤਨਾ ਬਾਜੂਏ ਕਾਤਲ ਮੇ ਹੈ ਇਹ ਆਪਾਂ ਲਾਈਨ ਅਕਸਰ ਸੁਣਦੇ ਹੁੰਦੇ ਆ ਇਹ ਕਥਨ ਕੀ ਦਾਗਾ ਇਹ ਕਥਨ ਹੈਗਾ ਆਪਣਾ ਰਾਮ ਪ੍ਰਸਾਦ ਬਿਸਮਿਲ ਹੁਣ ਤਾਂ ਅੱਧਿਆਂ ਨੂੰ ਇਹ ਨਹੀਂ ਪਤਾ ਹੋਣਾ ਕਿ ਜੀ ਰਾਮ ਪ੍ਰਸਾਦ ਬਿਸਮਿਲ ਕੌਣ ਸੀ ਦੇਖੋ ਜੀ ਇਹ ਜਿਹੜੇ ਬੱਚੇ ਪਹਿਲੀ ਵਾਰ ਪੜ੍ਹ ਰਹੇ ਹਨ ਉਹਨਾਂ ਨੂੰ ਥੋੜੀ ਜਿਹੀ ਪ੍ਰੋਬਲਮ ਆਊਗੀ ਸਮਝਣ ਦੇ ਵਿੱਚ ਮੈਂ ਤੁਹਾਨੂੰ ਇੰਨਾ ਕਹਿੰਦਾ ਕਿ ਜਿਹੜੇ ਅਪਰੇਸ਼ਨ ਹੈਗੇ ਰੱਟੇ ਲਾ ਲਓ ਇਹਨਾਂ ਦੇ ਠੀਕ ਹੈ ਇਹਦੇ ਵਿੱਚੋਂ ਨਹੀਂ ਤੁਸੀਂ ਮਤਲਬ ਕਿ ਐਕਸਕਿਊਜ਼ ਲੈਣਾ ਕਿ 20 ਆ 20 ਹੈਗਾ ਵਿੱਚੋਂ ਅਸੀਂ 10 ਕਰ ਲਏ ਇਹ ਚੰਗੀ ਤਰ੍ਹਾਂ ਬਸ ਰੱਟੇ ਲਾ ਲਓ ਇਹਨਾਂ ਦੇ ਸਰਪ੍ਰਸਤ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਇੱਕ ਹਸ ਤਿਸਰਾ ਇਹ ਹੈ ਆ ਰਾਮ ਪ੍ਰਸਾਦ ਬਿਸਮਲ ਪਹਿਲੀ ਗੱਲ ਤਾਂ ਇੱਕ ਤੁਹਾਨੂੰ ਮੈਂ ਦੱਸਿਆ ਸੀ ਕਿ ਕੋਕਰੀ ਦਾ ਕਾਂਡ ਹੋਇਆ ਸੀ ਕੋਕਰੀ ਕਾਂਡ ਹੋਇਆ ਸੀ ਜਿਹੜਾ ਕੋਕਰੀ ਕਾਂਡ ਹੋਇਆ ਸੀ ਉਹ 1925 ਦੇ ਵਿੱਚ ਹੋਇਆ ਸੀ ਠੀਕ ਹੈ ਕੁਕਰੀ ਕਾਂਢ ਦੇ ਵਿੱਚ ਤੁਹਾਨੂੰ ਦੱਸਿਆ ਸੀ ਨਾ ਕਿ ਅੰਗਰੇਜ਼ਾਂ ਦੇ ਰੇਲ ਗੱਡੀ ਜਾ ਰਹੀ ਸੀ ਉਹਦੇ ਵਿੱਚੋਂ ਆਪਣੇ ਭਾਰਤੀਆਂ ਦੇ ਹਥਿਆਰ ਲੁੱਟਨੇ ਸੀ ਉਹ ਜਿਹੜੇ ਹਥਿਆਰ ਲੁੱਟਨੇ ਸੀ ਨਾ ਉਹਦੇ ਵਿੱਚ ਆਪਣਾ ਹਰਾਮ ਪ੍ਰਸਾਦ ਬਿਸਮਿਲ ਵੀ ਸ਼ਾਮਲ ਸੀ ਇਹ ਵੀ ਮਤਲਬ ਵਿੱਚ ਸੀ ਉਹ ਬੰਦਿਆਂ ਦੇ ਵਿੱਚ ਜਿਹੜੇ ਜਿਹੜੇ ਟ੍ਰੇਨ ਲੁੱਟਣ ਦੇ ਵਿੱਚ ਸੀ ਇਹ ਹੈ ਕੌਣ ਸੀ ਇਹ ਹੈਗਾ ਸੀ ਐਚ ਆਰ ਏ ਦਾ ਇੱਕ ਸਦਸਿਆ ਸੀ ਐਚ ਆਰ ਏ ਹੁਣ ਐਚ ਆਰ ਏ ਕੀ ਹੈਗੀ ਐਚ ਆਰ ਏ ਹੈਗੀ ਆਪਣੀ ਇੱਕ ਸੰਸਥਾ ਸੀ ਐਚ ਆਰ ਏ ਠੀਕ ਹੈ ਜੀ ਤੇ ਇਹੇ ਵੇਲੇ ਤੁਹਾਨੂੰ ਮੈਂ ਕੀ ਡਿਟੇਲ ਚ ਦੱਸੂਗਾ ਅੱਗੇ ਜਾ ਕੇ ਕਿ ਐਚ ਆਰ ਐ ਕੀ ਹੈਗਾ ਕੀ ਇਹਦੀ ਫੁੱਲ ਫਾਰਮ ਆ ਉਹ ਸਾਰਾ ਕੁਝ ਤੁਹਾਨੂੰ ਕਰਵਾ ਦੂੰਗਾ ਓਕੇ ਜੀ ਤੇ ਹੁਣ ਆਪਾਂ ਅਗਲੇ ਪਰਸਨ ਦੀ ਗੱਲ ਕਰਦੇ ਹਾਂ ਰਾਮ ਪ੍ਰਸਾਦ ਬਿਸਮਲ ਬਸ ਹੁਣ ਇਹਨਾਂ ਪਤਾ ਲੱਗ ਗਿਆ ਕਿ ਸਰਪੰਚ ਸੀ ਕੀ ਤੇ ਬੰਦਾ ਅਬ ਹਮਾਰੇ ਦਿਲ ਮੇਂ ਇਕਾਤ ਨੇ ਰੀ ਦਿੱਤਾ ਸੀ ਤੇ ਦੂਸਰੀ ਐਚ ਆਰ ਐ ਦਾ ਇਹ ਸਦਸਿਆ ਸੀ ਤੇ ਇਸ ਤੋਂ ਬਾਅਦ ਜਿਹੜੀ ਕੋਕਰੀ ਗਾਣ ਹੋਇਆ ਸੀ ਉਹਦੇ ਵਿੱਚ ਵੀ ਇਹ ਬੰਦਾ ਸ਼ਾਮਲ ਸੀ ਇਸ ਤੋਂ ਬਾਅਦ ਆਈ ਐਨ ਸੀ ਇੰਡੀਅਨ ਨੈਸ਼ਨਲ ਕਾਂਗਰਸ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ ਇੰਡੀਅਨ ਨੈਸ਼ਨਲ ਦਾ ਪਿਤਾ ਕਿਹਨੂੰ ਕਿਹਾ ਜਾਂਦਾ ਜਾਂ ਫਾਊਂਡਰ ਕਿਹਨੂੰ आईएनसी ਤੇ ਇੱਕ ਸਪੈਸ਼ਲ ਲੈਕਚਰ ਲੱਗੂਗਾ ਉਹਦੇ ਵਿੱਚ ਜਿਹੜੇ ਨੇ ਮੇਨ ਮੇਨ ਦੀ ਨਾ 10 ਕੁ ਲੈਣੇ ਆ ਜਿਹੜੇ ਤੁਹਾਨੂੰ ਮੈਂ ਕਰਵਾ ਦੂੰਗਾ ਤੇ ਉਹਦੇ ਵਿੱਚੋਂ ਹੀ ਪੇਪਰ ਆਊ ਉਸ ਤੋਂ ਬਾਹਰੋਂ ਨਹੀਂ ਆਊਗਾ ਆਈਐਨਸੀ ਬਾਰੇ ਤੇ ਬਾਕੀ ਜਿਵੇਂ ਪਹਿਲਾਂ ਬੜਾ ਰੌਲਾ ਪੈ ਗਿਆ ਸੀ ਕਮੈਂਟਾਂ ਦੇ ਵਿੱਚ 1885 ਦੇ ਵਿੱਚ ਇਹਦੀ ਸਥਾਪਨਾ ਹੋਈ ਸੀ ਤੇ ਹੁਣ ਚੱਲ ਇਹ ਗੱਲ ਚੱਲ ਵੀ 1885 ਦੇ ਵਿੱਚ ਹੀ ਇਹਦੀ ਸਥਾਪਨਾ ਹੋਈ ਸੀ ਜਦੋਂ ਇਹ ਆਈਐਨਸੀ ਦੀ ਸਥਾਪਨਾ ਹੋਈ ਸੀ ਇੰਡੀਅਨ ਨੈਸ਼ਨਲ ਕਾਂਗਰਸ ਦੀ ਉਦੋਂ ਵਾਇਸਰਾਏ ਠੀਕ ਹੈ ਜੀ ਕਮੰਡਰ ਜਨਰਲ ਕੌਣ ਸੀ ਇਹ ਪ੍ਰਸ਼ਨ ਵੀ ਆ ਸਕਦਾ ਹੈਗਾ 1885 ਈਸਵੀ ਦੇ ਵਿੱਚ ਉਦੋਂ ਹੈਗਾ ਸੀ ਜੀ ਡਫਰਨ ਡਫਰਨ ਸੀ ਉਹ ਤੁਸੀ ਇਥੋਂ ਇਹ ਟ੍ਰਿਕ ਨਾ ਯਾਦ ਕਰ ਲਿਓ ਕਿ ਜਿਹੜੀ 1855 ਦੇ ਵਿੱਚ ਆਈਐਨਸੀ ਬਣਾ ਲਈ ਇੰਡੀਅਨ ਨੈਸ਼ਨਲ ਕਾਂਗਰਸ ਉਹਨੇ ਵੀ ਆਜ਼ਾਦੀ ਦੇ ਵਿੱਚ ਕਾਫੀ ਆਪਣਾ ਰੋਲ ਅਦਾ ਕੀਤਾਗਾ ਤੇ ਇਹ ਡਫਰ ਬੰਦਾ ਸੀ ਜਿਹਨੇ ਭਾਰਤੀਆਂ ਨੂੰ 1855 ਦੇ ਵਿੱਚ ਆਈਐਨਸੀ ਬਣਾਉਣ ਦੀ ਆਗਿਆ ਦਿੱਤੀ ਤਾਂ ਇਥੋਂ ਹੀ ਡਫਰ ਤੋਂ ਯਾਦ ਕਰ ਲਓ ਡਫਰਨ ਕਿਉਂਕਿ ਜਿਹੜੀ 1855 ਦੇ ਵਿੱਚ ਆਈਐਨਸੀ ਬਣੀ ਸੀ ਤਾਂ ਉਦੋਂ ਇਹਨੇ ਮਨਜ਼ੂਰੀ ਦਿੱਤੀ ਸੀ ਡਫਰਨ ਨੇ ਇਹ ਡਫਰ ਬੰਦਾ ਸੀ ਜਿਹਦੇ ਕਰਕੇ ਆਪਣੇ ਭਾਰਤੀ ਇਹਨਾਂ ਨੇ ਜਣਾਚੇ ਬਹਿਗੇ ਇਹਦੇ ਕਰਕੇ ਆਪ ਨੂੰ ਆਜ਼ਾਦੀ ਮਿਲ ਗਈ ਠੀਕ ਹੈ ਇੱਕ ਟ੍ਰਿਕ ਆ ਟ੍ਰਿਕ ਦੇ ਵਜੂਹੇ ਯਾਦ ਕਰ ਲਿਓ 1885 ਦੇ ਵਿੱਚ ਏਓ ਹਿਊਮ ਨੇ ਆਈਐਨਸੀ ਦੀ ਸਥਾਪਨਾ ਕੀਤੀ ਉਦੋਂ ਕਿਹਦਾ ਸ਼ਾਸਨ ਸੀ ਗਵਰਨਰ ਕੌਣ ਸੀ ਉਦੋਂ ਉਦੋਂ ਗਵਰਨਰ ਜਾਂ ਵੈਸਰਾਏ ਹੈਗਾ ਸੀ ਆਪਣਾ ਲਾਰਡ ਡਫਰਨ ਇਸ ਤੋਂ ਬਹੁਤ ਲੋਕਮਾਨੀਆਂ ਦੇ ਨਾਮ ਨਾਲ ਕਿਸ ਨੂੰ ਜਾਣਿਆ ਜਾਂਦਾ ਹੈ ਇਹ ਅਪਰੇਸ਼ਨ ਬਹੁਤ ਜ਼ਿਆਦਾ ਮਹੱਤਵਪੂਰਨ ਲੋਕਮਾਨੀਆਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਗੰਗਾਦਾ ਤਿਲਕ ਨੂੰ ਗੰਗਾਦਾ ਤਿਲਕ ਨੂੰ ਲੋਕ ਮਾਰੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਕਿਹੜੇ ਧੜੇ ਨਾਲ ਸੰਬੰਧਤ ਸੀ ਇਹ ਇਹ ਹੈ ਕਿ ਸੀ ਗਰਮ ਧੜੇ ਨਾਲ ਸੰਬੰਧਤ ਕਹਿੰਦਾ ਮਤਲਬ ਉਹ ਕਿ ਧੰਨੇ ਲਾ ਕੇ ਮਜਾਰਾ ਕਰਕੇ ਜਾਦਾ ਖੋਸਿਆ ਦੇ ਮੰਗਾ ਮਨਾਉਣ ਵੇਲੇ ਇਸ ਤੋਂ ਬਾਅਦ ਆਪਣਾ ਅਗਲਾ ਆ ਗਿਆ ਭਾਰਤ ਵਿੱਚ ਅੰਗਰੇਜ਼ੀ ਭਾਸ਼ਾ ਕਿਸ ਨੇ ਲਾਗੂ ਕੀਤੀ ਜਿਹੜੀ ਆਪਾਂ ਨੂੰ ਪੰਜਾਬੀ ਨੂੰ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਕਿ ਮੁਸ਼ਕਲ ਵੀ ਅੰਗਰੇਜ਼ੀ ਦੇ ਵਿੱਚ ਹੀ ਆਉਂਦੀ ਹੈ ਤਾਂ ਕਰਤੀ ਮੈਂ ਸਾਰੇ ਲੈਕਚਰ ਪੰਜਾਬੀ ਦੇ ਵਿੱਚ ਟਾਈਪ ਕਰਕੇ ਲੈ ਕੇ ਆਉਣਾ ਹੁੰਦਾ ਕਿਉਂਕਿ ਇੰਗਲਿਸ਼ ਦੇ ਵਿੱਚ ਨਾ ਅੱਧਿਆਂ ਨੂੰ ਬਹੁਤ ਪ੍ਰੋਬਲਮ ਹੁੰਦੀ ਹੈ ਸਮਝਣ ਦੇ ਵਿੱਚ ਅੰਗਰੇਜ਼ੀ ਪਾਸ਼ਾ ਆਪਣੇ ਕੌਮ ਲੈ ਕੇ ਆਇਆ ਸੀ ਜਿਹੜਾ ਸਮਝ ਲਓ ਕਿ ਆਪਣੇ ਇਹ ਅੰਗਰੇਜ਼ੀ ਦੀ ਕੰਢੇ ਵਿੱਚ ਜੇ ਕਿਨੀ ਵਿਜੇ ਇਹ ਵਿਜੇ ਆਪਣੇ ਜੀ ਲਾਰਡ ਮਕਾਲੇ ਨੇ ਇਹ ਬੰਦਾ ਸੀ ਜਿਹੜਾ ਆਪਣੇ ਅੰਗਰੇਜ਼ੀ ਲੈ ਕੇ ਆਇਆ ਸੀ ਠੀਕ ਹੈ ਜੀ ਇਹ ਲੈ ਕੇ ਆਇਆ ਸੀ ਅੰਗਰੇਜ਼ੀ ਪਾਸ਼ਾ ਕਿ ਆਪਣੇ ਇੱਥੇ ਅੰਗਰੇਜ਼ੀ ਪਾਸ਼ਾ ਸਭ ਤੋਂ ਜ਼ਿਆਦਾ ਲਾਜ਼ਮੀ ਹੈ ਤੇ ਹੋਣੀ ਹੋਣੀ ਚਾਹੀਦੀ ਹੈ ਇਹ ਸਾਰਾ ਕੰਮ ਆਪਣੇ ਲਾਰਡ ਮਕਾਲੇ ਨੇ ਕੀਤਾ ਸੀ ਇਸ ਤੋਂ ਬਾਅਦ ਆ ਗਿਆ ਨਾਮਕ ਸੱਤਿਆਗ੍ਰਹਿ ਨਾਮਕ ਸੱਤਿਆਗ੍ਰਹਿ ਕਦੋਂ ਸ਼ੁਰੂ ਕੀਤਾ ਆ ਗਿਆ ਜਿਹੜਾ ਨਾਮਕ ਸੱਤਿਆਗ੍ਰਹਿ ਸੀ ਜੀ ਇਹ ਕਿਦੋਂ ਸ਼ੁਰੂ ਕੀਤਾ ਗਿਆ ਇਹ ਸ਼ੁਰੂ ਕੀਤਾ ਗਿਆ ਸੀ ਜੀ 1930 ਦੇ ਵਿੱਚ ਨਾਮਕ ਸਤਿਆਗ੍ਰਹਿ ਸਫਤ ਜਿਹੜਾ ਨਾਮਕ ਸਤਿਆਗ੍ਰਹਿ ਸੀ ਇਹਨੂੰ ਹੀ ਆਪਾਂ ਕੀ ਕਿਹਾ ਜਾਂਦਾ ਹੈਗਾ ਡਾਂਡੀ ਮਾਰਚ ਡਾਂਡੀ ਮਾਰਚ ਵੀ ਇਸ ਨੂੰ ਕਿਹਾ ਨਾਮਕ ਸਤਿਆਗ੍ਰਹਿ ਦਾ ਦੂਸਰਾ ਨਾਮ ਹੈਗਾ ਡਾਂਡੀ ਮਾਰਚ ਠੀਕ ਹੈ ਜੀ ਇਹਨੂੰ ਮਾਰਚ ਕਿਉਂ ਕਿਹਾ ਜਾਂਦਾ ਡਾਂਡੀ ਮਾਰਚ ਕਿਉਂ ਕਿਹਾ ਜਾਂਦਾ ਮਾਰਚ ਦੇ ਮਹੀਨੇ ਦੇ ਵਿੱਚ ਇਹ ਸ਼ੁਰੂ ਕੀਤਾ ਸੀ ਤਾਂ ਕਰਕੇ ਇਹਨੂੰ ਡਾਂਡੀ ਮਾਰਚ ਕਿਹਾ ਜਾਂਦਾ ਹੈਗਾ ਇਹ ਕਿਦੋਂ ਸ਼ੁਰੂ ਹੋਇਆ ਸੀ ਇਹ ਹੋਇਆ ਸੀ 12 ਮਾਰਚ 1930 ਤੋਂ ਇਹ ਚੱਲਿਆ ਸੀ 5 ਅਪ੍ਰੈਲ 1930 ਤੱਕ ਠੀਕ ਹੈ ਜੀ 12 ਮਾਰਚ ਤੋਂ ਸ਼ੁਰੂ ਹੋਇਆ ਸੀ ਤੇ 5 ਮਾਰਚ ਨੂੰ ਇਹ ਖਤਮ ਹੋ ਗਿਆ ਸੀ ਇਹ ਚੀਜ਼ ਨਹੀਂ ਜ਼ਿਆਦਾ ਯਾਦਗਾਰੀ ਚ ਟੁੱਟਣੀ ਸਿਰਫ ਇਹਨਾਂ ਯਾਦ ਕਰੋ ਨਮਕ ਸੱਤਿਆਗ੍ਰਹਿ ਕਿਦੋਂ ਸ਼ੁਰੂ ਹੋਇਆ ਸੀ 1930 ਦੇ ਵਿੱਚ ਨਮਕ ਸੱਤਿਆਗ੍ਰਹਿ ਸ਼ੁਰੂ ਹੋਇਆ ਸੀ ਇਹਨੂੰ ਡਾਂਡੀ ਮਾਰਚ ਵੀ ਕਹਿੰਦੇ ਆ ਜਿਵੇਂ ਸਾਨੂੰ ਪਹਿਲਾਂ ਤੋਂ ਹੀ ਕਿ ਨਮਕ ਦੇ ਅੰਗਰੇਜ਼ਾਂ ਨੇ ਆਪ ਦਾ ਕਬਜ਼ਾ ਕਰ ਲਿਆ ਸੀ ਭਾਰਤ ਦੇ ਉਹਨਾਂ ਦਾ ਹੱਕ ਦਬਾਉਣ ਵਾਸਤੇ ਕਿ ਜਿਹੜਾ ਨਮਕ ਹੈ ਉਹ ਤੇ ਭਾਰਤ ਦੇ ਲੋਕਾਂ ਦਾ ਹੱਕ ਹੈਗਾ ਕਿ ਉਹਦੇ ਸਬੰਧ ਦੇ ਵਿੱਚ ਇਹਨਾਂ ਨੇ ਇਹ ਸਤਿਆਗ੍ਰਹਿ ਸ਼ੁਰੂ ਕੀਤਾ ਸੀ ਇਸ ਤੋਂ ਬਾਅਦ ਅਗਲਾ ਆ ਗਿਆ ਕੈਬਨਟ ਮਿਸ਼ਨ ਕਦੋਂ ਭਾਰਤ ਆਇਆ ਇਹ ਸਭ ਤੋਂ ਜ਼ਿਆਦਾ ਮਤਬੂਨ ਅਪਰੇਸ਼ਨ ਡਾਇਰੈਕਟ ਇਹੀ ਪੁੱਛਿਆ ਜਾਂਦਾ ਕਿ ਕੈਬਨਟ ਮਿਸ਼ਨ ਕਦੋਂ ਭਾਰਤ ਆਇਆ ਸੀ ਜਿਹੜਾ ਜੀ ਕੈਬਨਟ ਮਿਸ਼ਨ ਆਇਆ ਸੀ ਇਹ ਆਇਆ ਸੀ 1946 ਈਸਵੀ ਦੇ ਵਿੱਚ 1946 ਦੇ ਵਿੱਚ ਕੈਬਨਟ ਮਿਸ਼ਨ ਆਇਆ ਸੀ ਇਹਨਾਂ ਦਾ ਮਕਸਦ ਸੀ ਜਿਹੜੀਆਂ ਆਪਣੇ ਇਹ ਦੇਖਣਾ ਆਈ ਸੀ ਕਿ ਪੰਜਾਬ ਕੀ ਭਾਰਤ ਦੇ ਲੋਕ ਕਿੰਨੀ ਕਿ ਮਤਲਬ ਆਜ਼ਾਦੀ ਨੂੰ ਲੈ ਕੇ ਕਿੰਨੇ ਕਿ ਮਤਲਬ ਗੁੱਸੇ ਦੇ ਵਿੱਚ ਜਾਂ ਰੋਹ ਦੇ ਵਿੱਚ ਇਹਨਾਂ ਦਾ ਸਮਝਣਾ ਕੰਮ ਇਹੀ ਸੀ ਤੇ ਬਾਕੀ ਜਿਹੜਾ ਇਹਨਾਂ ਦਾ ਵੋਟਾਂ ਦਾ ਸਿਸਟਮ ਸੀ ਉਰੂਗੁਏ ਸਾਮਜਨ ਵਾਸਤੇ ਆਈ ਸੀ ਇਹ ਪਰ ਤੁਸੀਂ ਸਿਰਫ ਇੰਦੀ ਚਰਕਾ ਲਓ ਕੈਬਨਟ ਮਿਸ਼ਨ 1946 ਦੇ ਵਿੱਚ ਭਾਰਤ ਆਇਆ ਸੀ ਇਸ ਤੋਂ ਬਾਅਦ ਮੁਸਲਮਨ ਲੀਗ ਦੀ ਸਥਾਪਨਾ ਕਦੋਂ ਹੋਈ ਜਿਹੜੀ ਮੁਸਲਮਨ ਲੀਗ ਦੀ ਸਥਾਪਨਾ ਸੀ ਦੇਖੋ ਜੀ ਇਹ ਹੋਈ ਸੀ 1905 ਦੇ ਵਿੱਚ ਜਦੋਂ ਤੁਹਾਨੂੰ ਦੱਸਿਆ ਬੰਗਾਲ ਦੀ ਵੰਡ ਹੋਈ ਸੀ ਓਕੇ ਜੀ ਇਹ ਤੁਸੀਂ ਡਾਇਰੈਕਟਿਵ ਚਰਕਾ ਲਓ 1905 ਦੇ ਵਿੱਚ ਬੰਗਾਲ ਦੀ ਵੰਡ ਹੋਈ ਸੀ ਤੇ ਆਨਸਰ ਜਿਹੜਾ ਹੈਗਾ ਉਹ ਹੈਗਾ ਇਹਦਾ 1906 ਉਹ 1906 ਦੇ ਵਿੱਚ ਕੀ ਹੋਇਆ ਸੀ 1906 ਦੇ ਵਿੱਚ ਮੁਸਲਮਨ ਲੀਗ ਦੀ ਸਥਾਪਨਾ ਕੀਤੀ ਗਈ ਸੀ ਤੇ ਉਦੋਂ ਇਹਨਾਂ ਦੀ ਜਿਹੜੀ ਗੱਲ ਸੁਣੀ ਸੀ ਸਾਰੀ ਉਹ ਕਿਹਨੇ ਸੁਣੀ ਸੀ ਉਹ ਸੁਣੀ ਸੀ ਵਾਇਸਰਾਏ ਵਾਇਸਰਾਏ ਲਾਰਡ ਮਿੰਟੋ ਦੂਸਰਾ ਠੀਕ ਹੈ ਲਾਰਡ ਮਿੰਟੋ ਕਿ ਪਹਿਲਾਂ ਵੀ ਸੀ ਲਾਰਡ ਮਿੰਟੋ ਦੂਸਰਾ ਰਏ ਯਾਦ ਕਰ ਲਓ ਮੁਸਲਿਮ ਲੀਗ ਦੀ ਸਥਾਪਨਾ ਕਿਹਦੇ ਇਹ ਉਦੋਂ ਵਾਇਸਰਾਏ ਕੌਣ ਸੀ ਇਹ ਪੁੱਛ ਸਕਦੇ ਜਿਹਨ ਮੁਸਲਿਮ ਲੀਗ ਦੀ ਸਥਾਪਨਾ ਹੋਈ ਉਹ ਵਾਇਸਰਾਏ ਹੈਗਾ ਸੀ ਆਪਣਾ ਲਾਰਡ ਮਿੰਟੋ 1906 ਦੇ ਵਿੱਚ ਮੁਸਲਮਨ ਲੀਗ ਦੀ ਸਥਾਪਨਾ ਹੋਈ ਹੈ ਭਾਰਤ ਦਾ ਪਹਿਲਾ ਵਾਇਸਰਾਏ ਕੌਣ ਸੀ ਦੱਸੋ ਜੀ ਆਪਣੇ ਭਾਰਤ ਦਾ ਪਹਿਲਾ ਵਾਇਸਰਾਏ ਕੌਣ ਸੀ ਆਪਣੇ ਭਾਰਤ ਦਾ ਪਹਿਲਾ ਵਾਇਸਰਾਏ ਹੈਗਾ ਸੀ ਲਾਰਡ ਕੈਨਿੰਗ ਓਕੇ ਇਹ ਡਾਇਰੈਕਟਿਵ ਯਾਦ ਕਰ ਲੋ ਲਾਰਡ ਕੈਨਿੰਗ ਸੀ ਕਿਉਂਕਿ 1857 ਦਾ ਦਰਬ ਬਗਦਰੋਹ ਹੋਇਆ ਸੀ ਠੀਕ ਹੈ 1857 ਦੇ ਬਰੋ ਤੋਂ ਬਾਅਦ ਜਿਹੜੀ ਆਪਣੀ ਅੰਗਰੇਜ਼ ਸਰਕਾਰ ਸੀ ਉਹਨੇ ਜਿਹੜੀ ਈਸਟ ਇੰਡੀਆ ਕੰਪਨੀ ਸੀ ਈਸਟ ਇੰਡੀਆ ਕੰਪਨੀ ਪਹਿਲਾਂ ਆਈ ਸੀ ਈਸਟ ਇੰਡੀਆ ਕੰਪਨੀ ਦਾ ਸਾਰਾ ਇਹਨਾਂ ਨੇ ਸਿਸਟਮ ਆਪਦੇ ਹੱਥਾਂ 'ਚ ਲੈ ਲਿਆ 1857 ਤੋਂ ਬਾਅਦ ਠੀਕ ਹੈ ਜੀ ਜਿਹੜਾ ਆਪਦਾ ਸਿਸਟਮ ਸਾਰੇ ਇਹਨਾਂ ਦੇ ਹੱਥਾਂ ਦੇ ਵਿੱਚ ਲੈ ਲਿਆ ਤਾਂ ਉਦੋਂ ਇਹਨਾਂ ਨੇ ਗਵਰਨਰ ਜਨਰਲ ਦਾ ਪਦ ਬਦਲਤਾ ਤੇ ਗਵਰਨਰ ਜਨਰਲ ਦੇ ਪਦ ਦੀ ਥਾਂ ਤੇ ਇਹਨਾਂ ਨੇ ਕੀ ਕਰਤਾ ਵਾਈਸ ਰਾਏ ਵਾਈਸ ਰਾਏ ਕਰਤਾ 1857 ਦੇ ਵਿਦਰੋਹ ਤੋਂ ਬਾਅਦ ਜਿਹੜੋ ਇਹਨਾਂ ਨੇ ਈਸਟ ਇੰਡੀਆ ਕੰਪਨੀ ਦਾ ਸਾਰਾ ਮਤਲਬ ਢਾਂਚਾ ਉਹਨਾਂ ਨੂੰ ਬਾਰ ਪੰਜਾਤਾ ਤੇ ਉਹਨਾਂ ਦਾ ਸਾਰਾ ਸਿਸਟਮ ਆਪਦੇ ਅੰਡਰ ਕਰ ਲਿਆ ਤੇ ਉਹਦੇ ਕਰਕੇ ਮਤਲਬ ਇਹਨਾਂ ਨੇ ਗਵਰਨਰ ਜਨਰਲ ਦੀ ਜਿਹੜੀ ਸ਼ੀਟ ਸੀ ਉਹ ਖਤਮ ਕਰਤੀ ਤੇ ਉਹਦੀ ਥਾਂ ਤੇ ਵਾਈਸ ਰਾਏ ਦੀ ਸ਼ੀਟ ਬਣਾਤੀ ਠੀਕ ਹੈ ਜੀ ਇਸ ਤਰ੍ਹਾਂ ਜਿਹੜਾ ਲਾਡ ਕੈਨਿੰਗ ਹੈ ਭਾਰਤ ਦਾ ਸਭ ਤੋਂ ਆਖਰੀ ਤਾਂ ਗਵਰਨਰ ਜਨਰਲ ਰਿਹਾ ਤੇ ਪਹਿਲਾ ਕੀ ਰਿਹਾ ਇਹ ਵਾਇਸਰਾਏ ਆਖਰੀ ਗਵਰਨਰ ਜਨਰਲ ਤੇ ਪਹਿਲਾ ਵਾਇਸਰਾਏ ਇਹ ਪ੍ਰਸ਼ਨ ਵੀ ਆ ਸਕਦਾ ਹੈਗਾ ਆਪਾਂ ਨੂੰ ਡਾਇਰੈਕਟ ਕਿ ਆਪਣਾ ਜਿਹੜਾ ਆਖਰੀ ਭਾਰਤ ਦਾ ਗਵਰਨਰ ਜਨਰਲ ਸੀ ਉਹ ਕੌਣ ਸੀ ਆਖਰੀ ਤਾਂ ਬਰੇਖੀ ਹੋਊਗਾ ਆਖਰੀ ਹੀ ਹੋਊਗਾ ਤੇ ਪਹਿਲਾ ਵਾਇਸਰਾਏ ਵੀ ਇਹ ਹੀ ਸੀ ਠੀਕ ਹੈ ਜੀ ਇਸ ਤੋਂ ਬਾਅਦ ਆ ਗਿਆ ਸਤਿਆਮੇਵ ਜਯਤੇ ਕਿਸ ਉਪ ਨਿਸ਼ਚਿਤ ਤੋਂ ਲਿਆ ਗਿਆ ਹੈ ਸਤਿਆਮੇਵ ਜਯਤੇ ਆਪਾਂ ਰੁਪਿਆ ਦੇਖ ਰਹੇ ਹਾਂ ਦੇਖਣਾ ਜਿੱਥੇ ਵੀ ਛੇਦ ਦੇ ਫੋਟੋ ਹੁੰਦੀ ਹੈ ਆਪਣੇ ਰਾਸ਼ਟਰੀ ਚਿੰਨ੍ਹ ਦਾ ਉਹਦੇ ਥੱਲੇ ਆਪਾਂ ਦੇਖ ਰਹੇ ਹੁੰਦੇ ਹਾਂ ਕਿ ਸਤਿਆਮੇਵ ਜਯਤੇ ਲਿਖਿਆ ਹੋਇਆ ਹੁੰਦਾ ਹੈ ਪਹਿਲਾਂ ਤਾਂ ਇਹ ਮਤਲਬ ਸਮਝੋ ਕਿ ਸਤਿਆਮੇਵ ਜਯਤੇ ਦਾ ਮਤਲਬ ਕੀ ਹੈ ਜਿਹੜਾ ਸਤਿਆਮੇਵ ਜਯਤੇ ਦਾ ਮਤਲਬ ਹੈਗਾ ਕਿ ਹਮੇਸ਼ਾ ਜਿੱਤਾਂ ਜਿਹੜੀ ਉਹ ਸੱਚ ਦੀ ਹੁੰਦੀ ਹੈ ਇਹ ਗਾ ਸਮਝ ਲਓ ਜਿਹੜੀ ਹਮੇਸ਼ਾ ਜਿੱਤਦਾ ਉਹ ਸੱਚ ਦੀ ਹੁੰਦੀ ਹੈ ਸਤਿਅਮੈਵ ਜਯਤੇ ਦਾ ਇਹ ਮਤਲਬ ਹੈ ਕਿ 100 ਝੂਠ ਬੋਲ 100 ਝੂਠ ਵੀ ਇੱਕ ਸੱਚ ਤੇ ਭਾਰੂ ਨਹੀਂ ਪੈ ਸਕਦਾ ਠੀਕ ਹੈ ਜੀ ਤੇ ਇੱਕ ਸੱਚ ਜਿਹੜਾ 100 ਝੂਠ ਤੇ ਭਾਰੂ ਪੈ ਜਾਂਦਾ ਇਹ ਗੱਲ ਧਿਆਨ ਨਾਲ ਸਮਝ ਲੈਣ ਕਿ ਸਤਿਅਮੈਵ ਜਯਤੇ ਦਾ ਮਤਲਬ ਕੀ ਹੈ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ ਕਿਤੋਂ ਲਿੱਤਾ ਗਿਆ ਹੈਗਾ ਇਹ ਲਿੱਤਾ ਗਿਆ मुंडक ਉਪਨਿਸ਼ਦ ਤੋਂ मुंडक ਉਪਨਿਸ਼ਦ ਤੋਂ ਇਹ ਪਰੇਸ਼ਣ ਦੀ ਵੀ ਫੁੱਲ ਚਾਂਸ ਹੈ ਆਪਾਂ ਲੈ ਕੇ ਉਹ ਆਏ ਆ ਜਿਹੜੇ ਜ਼ਿਆਦਾ ਮਹੱਤਵਪੂਰਨ ਨੇ ਇਸ ਤੋਂ ਬਾਅਦ ਆ ਗਿਆ ਆਪਣਾ ਅਗਲਾ ਪ੍ਰਸ਼ਨ 18 ਨੰਬਰ ਦਾ 18ਵਾਂ ਦਾ ਮਹਾਰਾਜਾ ਜੀ ਸਿੰਘ ਜੀ ਦੀ ਰਾਜਨੀਤਿਕ ਰਾਜਧਾਨੀ ਲਾਹੌਰ ਸੀ ਅਤੇ ਉਹਨਾਂ ਦੀ ਧਾਰਮਿਕ ਰਾਜਧਾਨੀ ਕਿਹੜੀ ਸੀ ਉਹਨਾਂ ਦੀ ਧਾਰਮਿਕ ਰਾਜਧਾਨੀ ਜਿਹੜੀ ਹੈਗੀ ਸੀ ਉਹ ਹੈਗੀ ਸੀ ਜੀ ਉਹਨਾਂ ਦੀ ਅੰਬਰਤਸਰ ਇਹ ਉਹਨਾਂ ਦੀ ਧਾਰਮਿਕ ਰਾਜਧਾਨੀ ਸੀ ਜਿਹੜੇ ਉਹ ਰਾਜਨੀਤਿਕ ਗਤੀਵਿਧੀਆਂ ਕਰਦੇ ਸੀ ਕੋਈ ਲੜਾਈ ਲੜਨੀ ਹੈ ਕੋਈ ਜੰਗ ਲੜਨੀ ਹੈ ਠੀਕ ਹੈ ਜੀ ਤੇ ਇਹ ਜਿਹੇ ਮਸਲੇ ਸੀ ਜਿਹੜੇ ਸੈਨਾਪ੍ਰਤੀ ਤੇ ਉਹ ਸਾਰੇ ਆਪ ਦੇ ਕਿੱਥੇ ਹਿਲਾਉਂਦੇ ਸੀ ਉਹ ਲੈ ਜਾਂਦੇ ਸੀ ਆਪਣੇ ਲਾਹੌਰ ਦੋ ਆਪਰੇਸ਼ਨ ਬਣ ਦੋ ਆਪਰੇਸ਼ਨ ਬਣ ਗਏ ਇਹਦੇ ਚੋਂ ਇੱਕ ਤਾਂ ਕੀ ਮਹਾਰਾਜਾ ਜੀ ਸਿੰਘ ਦੀ ਰਾਜਨੀਤਿਕ ਰਾਤਾਂ ਕਿੱਥੇ ਸੀ ਲਾਹੌਰ ਦੇ ਵਿੱਚ ਸੀ ਉਹਨਾਂ ਦੀ ਧਾਰਮਿਕ ਰਾਤਾਂ ਕਿੱਥੇ ਸੀ ਅੰਮ੍ਰਿਤਸਰ ਦੇ ਵਿੱਚ ਸੀ ਤੇ ਇਹ ਕਿਹੜੀ ਮਿਸਲ ਦੇ ਮਿਸਲ ਦੇ ਨਾਲ ਸੰਬੰਧਿਤ ਸੀ ਮਹਾਰਾਜਾ ਜੀ ਸਿੰਘ ਜੀ ਇਹ ਸ਼ੁਕਰਚੱਕੀਆ ਮਿਸਲ ਦੇ ਨਾਲ ਸੰਬੰਧਿਤ ਸੀ ਠੀਕ ਹੈ ਜੀ ਮਹਾ ਸਿੰਘ ਇਹਦਾ ਪਿਤਾ ਦਾ ਨਾਮ ਸੀ ਇਸ ਤੋਂ ਬਾਅਦ ਭਾਰਤੀ ਰਾਸ਼ਟਰੀ ਕਾਂਗਰਸ ਦੀ ਪਹਿਲੀ ਮਹਿਲਾ ਪ੍ਰਧਾਨ ਕੌਣ ਸੀ ਇਹਦੇ ਚ ਦੋ ਆਪਰੇਸ਼ਨ ਬਣਦੇ ਆ ਇੱਕ ਤਾਂ ਪੁੱਛਣਗੇ ਆਪਣੀ INC ਦੀ ਪਹਿਲੀ ਭਾਰਤੀ ਮਹਿਲਾ ਪ੍ਰਧਾਨ ਕੌਣ ਸੀ ਪਹਿਲੀ ਭਾਰਤੀ ਮਹਿਲਾ ਪ੍ਰਧਾਨ ਕੌਣ ਸੀ ਜਿਹਦਾ ਇਹ ਪ੍ਰਸ਼ਨ ਆ ਗਿਆ ਤਾਂ ਉਹ ਹੈਗੀ ਸੀ ਆਪਣੀ ਸਰੋਜਨੀ 나ਡੂ ਇਹ ਬਣੀ ਸੀ 1925 ਦੇ ਵਿੱਚ ਗੱਲ ਯਾਦ ਰੱਖਣੀ ਹੈ 1925 ਦੇ ਵਿੱਚ ਬਣੀ ਸੀ INC ਦੀ ਆਪਣੀ ਪਹਿਲੀ ਭਾਰਤੀ ਮਹਿਲਾ ਕੌਣ ਸੀ ਆਪਣੀ ਸਰੋਜਨੀ 나ਡੂ ਜੀ ਉਹਨਾਂ ਨੇ ਪੁੱਛ ਲਿਆ ਕਿ ਪਹਿਲੀ ਅੰਗਰੇਜ਼ ਜਿਹੜਾ ਭਾਰਤ ਤੋਂ ਬਾਹਰ ਲਈ ਜਿਹਨੂੰ ਐਂਗਲੋ ਕਹਿੰਦੇ ਆਪਾਂ ਐਂਗਲੋ-ਇੰਡੀਅਨ ਕਿਹੜੀ ਪਹਿਲੀ ਐਂਗਲੋ-ਇੰਡੀਅਨ ਸੀ ਜਿਹੜੀ INC ਦੀ ਪ੍ਰੈਜ਼ੀਡੈਂਟ ਬਣੀ ਸੀ ਉਹ ਹੈ ਕਿਸੇ ਆਪਣੀ ਜੀ ਐਨੀ ਬਿਸੈਂਟ ਇਹ ਕਦੋਂ ਬਣੀ ਸੀ ਇਹ ਬਣੀ ਸੀ 1917 ਦੇ ਵਿੱਚ 1917 ਦੇ ਵਿੱਚ ਤਾਂ ਇਹ INC ਦੀ ਪ੍ਰਧਾਨ ਬਣੀ ਸੀ ਇਹ ਉਹ ਔਰਤ ਹੈ ਜੀ ਜਿਹੜੀ ਐਂਗਲੋ-ਇੰਡੀਅਨ ਸੀ ਕਹਿੰਦਾ ਮਤਲਬ ਕਿ ਜਿਹੜੀ ਆਪਣੇ ਭਾਰਤ ਦੀ ਨਹੀਂ ਹੈਗੀ ਸੀ ਬਾਹਲੇ ਦੇਸ਼ ਦੀ ਸੀ ਕਿਸੇ ਦੀ ਤੇ ਜਿਹੜੀ ਆਪਣੀ ਜੇ ਪੁੱਛ ਰਿਹਾ ਕਿ ਆਪਣੇ ਭਾਰਤ ਦੀ ਕਿਹੜੀ ਪਹਿਲੀ ਔਰਤ ਹੈ ਜਿਹੜੀ ਕਿ ਆਈਐਨਐਸ ਦੀ ਪ੍ਰਧਾਨ ਬਣੀ ਸੀ ਤਾਂ ਉੱਥੇ ਜਿਹੜਾ ਨਾਮ ਲਿਖਿਆ ਜਾਊਗਾ ਉੱਥੇ ਆਪਣੀ ਸਰੋਜਨੀ ਨੈਡੂ ਜੀ ਦਾ ਨਾਮ ਆਊਗਾ 1925 ਦੇ ਵਿੱਚ ਜਿਹੜੀ ਬਣੀ ਸੀ ਗਾਂਧੀ ਜੀ ਨੂੰ ਕਿਸ ਨੇ ਮਹਾਤਮਾ ਕਿਹਾ ਸੀ ਦੱਸੋ ਜੀ ਬਹੁਤ ਜ਼ਿਆਦਾ ਮਹੱਤਵਪੂਰਨ ਅਪਰੇਸ਼ਨ ਹੈ ਕਿ ਗਾਂਧੀ ਜੀ ਨੂੰ ਕਿਸ ਨੇ ਮਹਾਤਮਾ ਕਿਹਾ ਸੀ ਇਹ ਅਪਰੇਸ਼ਨ ਹੁਣ ਤੱਕ ਬਹੁਤ ਸਾਰੇ ਪੇਪਰਾਂ ਦੇ ਵਿੱਚ ਪੁੱਛਿਆ ਗਿਆ ਕਿ ਕੋਈ ਪੇਪਰ ਇਹ じゃ ਨਹੀਂ ਹੈਗਾ ਜਿਹਦੇ ਵਿੱਚ ਇਹ ਨਾਂ ਪੁੱਛਿਆ ਗਿਆ ਹੋਵੇ ਠੀਕ ਹੈ ਜੀ ਇਹਨਾਂ ਨੂੰ ਸਭ ਤੋਂ ਪਹਿਲਾਂ ਮਹਾਤਮਾ ਕਿਹਾ ਸੀ ਆਪਣੇ ਰਵਿੰਦਰਨਾਥ ਟੈਗੋਰ ਨੇ ਤੇ ਰਵਿੰਦਰਨਾਥ ਟੈਗੋਰ ਨੂੰ ਗਾਂਧੀ ਜੀ ਨੇ ਕੀ ਕਿਹਾ ਸੀ ਸਰ ਪ੍ਰਸ਼ਨ ਇਹ ਵੀ ਆ ਸਕਦਾ ਹੈ ਕਿ ਰਵਿੰਦਰਨਾਥ ਟੈਗੋਰ ਨੂੰ ਸਰ ਕਿਹਨੇ ਕਿਹਾ ਸੀ ਉਹ ਕਿਹਾ ਸੀ ਗਾਂਧੀ ਜੀ ਨੇ ਤੇ ਗਾਂਧੀ ਜੀ ਨੂੰ ਮਹਾਤਮਾ ਕਿਹਨੇ ਕਿਹਾ ਸੀ ਉਹ ਕਿਹਾ ਸੀ ਰਵਿੰਦਰਨਾਥ ਟੈਗੋਰ ਨੇ ਤੇ ਇੱਕ ਰਵਿੰਦਰਨਾਥ ਟੈਗੋਰ ਬਾਰੇ ਹੋਰ ਗੱਲ ਯਾਦ ਕਰ ਲੋ ਰਵਿੰਦਰਨਾਥ ਟੈਗੋਰ ਨੇ ਇੱਕ 1911 ਦੇ ਵਿੱਚ 1911 ਦੇ ਵਿੱਚ ਨੇ ਨਾ ਜਨਗਨ ਮੰਨ ਗੀਤ ਗਾਇਆ ਸੀ ਜਨ ਗਣ ਮਨ ਪ੍ਰਸ਼ਨ ਇਹ ਵੀ ਆ ਸਾਡੇ ਜੀ ਜਨ ਗਣ ਮਨ ਗੀਤ ਹੈਗਾ ਗਾਣ ਆਪਣਾ ਗੀਤ ਨਹੀਂ ਹੈਗਾ ਗੀਤ ਤਾਂ ਹੈਗਾ ਆਪਣਾ ਬੰਦੇ ਮਾਤਰਮ ਇਹ ਗਾਣ ਆ ਗਾਣ ਤੇ ਗੀਤ ਦੇ ਵਿੱਚ ਉਲਝ ਜਣੇ ਉਹ ਗੀਤ ਤਾਂ ਹੈਗਾ ਆਪਣਾ ਬੰਦੇ ਮਾਤਰਮ ਜਿਹੜਾ ਇਹ ਆਪਣੇ ਬਿਕਰਮ ਚੈਟਰਜੀ ਨੇ ਲਿਖਿਆ ਸੀ ਠੀਕ ਹੈ ਜੀ ਇਹ ਇਹ ਇੱਕ ਮਿੰਟ ਇਸ ਗੱਲਾਂ ਦੋ ਤਿੰਨ ਧਿਆਨ ਨਾਲ ਸੁਣ ਲੋ ਮਹਾਤਮਨੀ ਕਹਿੰਦਾਂ ਨੇ ਬੜੀ ਗੀ ਆਪਣੇ ਆਪਣੇ ਤੱਕ ਦਾ ਹੈਗਾ ਰਾਸ਼ਟਰੀ ਗੀਤ ਇੱਕ ਹੈਗਾ ਰਾਸ਼ਟਰੀ ਗਾਣ ਜਿਹੜਾ ਦਾ ਰਾਸ਼ਟਰੀ ਗੀਤ ਆ ਇਹ ਤਾਂ ਗਾਇਆ ਸੀ 1896 ਦੇ ਵਿੱਚ ਆਪਣੇ ਵਿਕਰਮ ਚੰਦਰ ਚੈਟਰਜੀ ਤੇ ਜਿਹੜਾ ਰਾਸ਼ਟਰੀ ਗਾਣ ਆ ਇਹ ਲਿਖਿਆ ਸੀ ਆਪਣੇ ਰਵਿੰਦਰਨਾਥ ਟੈਗੋਰ ਨੇ ਤੇ ਇਹਨਾਂ ਨੇ ਕਦੋਂ ਗਾਇਆ ਸੀ 1911 ਦੇ ਵਿੱਚ ਇਹ ਦੋ ਚੀਜ਼ਾਂ ਯਾਦ ਰੱਖਣੀਆਂ ਜਿਹੜਾ ਬੱਬੇ ਤੇ ਵਿਕਰਮ ਬੱਬੇ ਤੇ ਬੰਦੇ ਮਾਤਮ ਇਹ ਰੱਟਣਾ ਯਾਦ ਕਰ ਲਓ ਤੇਰਾ ਗਾਣਾ ਉਹ ਗਾਇਆ ਸੀ ਆਪਣੇ ਰਵਿੰਦਰ ਨਾ ਟਕਾਉ ਨੇ ਕਿਦੋਂ ਗਾਇਆ ਸੀ 1911 ਦੇ ਵਿੱਚ ਇਹ ਜੀ ਦਾ ਰੱਟਾ ਲਾ ਲੋ ਹੁਣ ਆ ਦੇਖੋ ਆਪਰੇਸ਼ਨ ਦੁਬਾਰੇ ਰਿਪੀਟ ਹੋ ਗਿਆ ਇਸ ਨੂੰ ਹੁਣ ਹੀ ਦੱਸ ਗਿਆ ਬੰਦੇ ਮਾਤਮ ਗੀਤ ਕਿਸੇ ਦੁਆਰਾ ਲਿਖਿਆ ਗਿਆ ਸੀ ਬੰਦੇ ਮਾਤਮ ਗੀਤ ਲਿਖਿਆ ਗਿਆ ਸੀ ਆਪਣੇ ਵਿਕਰਮ ਚੰਦਰ ਚੈਟਰਜੀ ਦੁਆਰਾ ਓਕੇ ਜੀ ਵਿਕਰਮ ਚੰਦਰ ਚੈਟਰਜੀ ਦੁਆਰਾ ਗਾਇਆ ਗਿਆ ਸੀ ਕਿਦੋਂ ਗਾਇਆ ਗਿਆ ਸੀ ਜੇ ਲਿਖਿਆ ਗਿਆ ਸੀ 191896 ਦੇ ਵਿੱਚ ਓਕੇ ਜੀ ਇਹ ਹੈਗਾ ਇਹ ਪਹਿਲੀ ਵਾਰ ਜਿਹੜਾ ਆਈਐਨਸੀ ਦਾ ਸੈਸ਼ਨ ਸੀ 1996 ਵਾਲਾ ਇੰਡੀਅਨ ਨੈਸ਼ਨਲ ਕਾਂਗਰਸ ਦਾ ਜਿਹੜਾ ਸੈਸ਼ਨ ਸੀ 1896 ਵਾਲਾ ਉਹਦੇ ਵਿੱਚ ਗਾਇਆ ਗਿਆ ਸੀ ਜਿਹੜਾ ਰਾਸ਼ਟਰੀ ਗੀਤ ਜਨ ਗਨ ਮਨ ਹੈ ਇਹ 1911 ਦਾ ਜਿਹੜਾ ਆਈਐਨਸੀ ਦਾ ਸੈਸ਼ਨ ਸੀ ਉਹਦੇ ਵਿੱਚ ਗਾਇਆ ਗਿਆ ਸੀ ਇਹ ਦੋਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਸੈਸ਼ਨ ਦੇ ਵਿੱਚ ਗਾਏ ਹੋਏ ਕੀ ਸੀ ਤੇ ਆਪਾਂ ਇਹਦੇ ਆਪਸ਼ਨ ਵੀ ਡਿਸਕਸ ਕਰ ਲੰਨੇ ਆ ਰਵਿੰਦਰਨਾਥ ਟੈਗੋਰ ਇਹਨਾਂ ਨੇ ਕਿਹੜਾ ਗੀਤ ਰਾਸ਼ਟਰੀ ਗਾਣ ਗਾਇਆ ਸੀ 1911 ਦੇ ਵਿੱਚ ਬਿਕਰਮ ਚੈਟਰਜੀ ਇਹਨਾਂ ਨੇ ਗਾਇਆ ਸੀ 1896 ਦੇ ਵਿੱਚ ਬੰਦੇ ਮਾਤਮ ਸਰਿੰਦਰ ਨਾ ਟੈਗੋਰ ਕੌਣ ਸੀ ਆਪਣਾ ਪਹਿਲਾ ਸਿਵਲ ਸਰਵਿਸ ਠੀਕ ਹੈ ਜੀ ਤੇ ਇਹ ਲੈਕਚਰ ਅੱਜ ਆਪਣਾ ਕੰਪਲੀਟ ਹੋ ਗਿਆ ਤੇ ਇਹਦਾ ਪੀਡੀਐਫ ਤੁਹਾਨੂੰ ਮੈਂ ਇਕੱਠੀ ਇੱਕ ਹਫ਼ਤੇ ਦੇ ਦਿੱਤਾ ਕਰੂੰਗਾ ਤੇ ਇਹ ਆਪਣਾ ਤੀਸਰਾ ਸੈੱਟ ਸੀ ਤੇ ਇਸ ਤੋਂ ਬਾਅਦ ਦੂਸਰੇ ਸੈਟਾਂ ਦੇ ਵੀ ਮੈਂ ਡੇਲੀ ਪੋਸਟ ਡੇਲੀ ਤੁਹਾਨੂੰ ਵੀਡੀਓ ਅਪਲੋਡ ਕਰਦਾ ਕਰੂੰਗਾ ਬਸ ਤੁਸੀਂ ਨਾ ਪੜੀ ਚੱਲਿਓ ਕਿਉਂਕਿ ਜਿਹੜਾ ਸਟੱਡੀ ਦਾ ਕੰਮ ਹੁੰਦਾ ਆਪਾਂ ਕੋਈ ਵੀ ਦੋ ਤਰ੍ਹਾਂ ਦੀ ਸਟੱਡੀ ਹੁੰਦੀ ਹੈ ਇੱਕ ਹੁੰਦਾ ਹਾਰਡਵਰਕ ਇੱਕ ਹੁੰਦਾ ਆਪਣਾ ਸਮਾਰਟਵਰਕ ਦੋ ਚੀਜ਼ਾਂ ਦਾ ਫਰਕ ਹੁੰਦਾ ਹਾਰਡਵਰਕ ਤਾਂ ਉਹ ਹੁੰਦਾ ਕਿ ਆਪਣੇ ਕੋਲ ਬਹੁਤ ਜ਼ਿਆਦਾ ਟਾਈਮ ਹੈ ਜੀ ਕਿ ਆਪਾਂ ਪਹਿਲਾਂ ਸਾਰੀਆਂ ਥਿਊਰੀਆਂ ਕਵਰ ਕਰ ਲਓ ਜੇ ਮੰਨੋ ਆਪਾਂ ਹਿਸਟਰੀ ਕਰਨੀ ਹੈ ਇਹ ਹਿਸਟਰੀ ਦੇ ਨਾ ਘਟੋ ਘਟ ਥਿਊਰੀਆਂ ਦੇ 20 ਲੈਕਚਰ ਹੋ ਜਾਣਗੇ 20 ਲੈਕਚਰ ਥਿਊਰੀਆਂ ਦੇ ਹੋ ਜਾਣਗੇ ਇਸ ਤੋਂ ਬਾਅਦ ਤੁਸੀਂ ਐਮ ਐਸ ਕਿਊ ਘਟੋ ਘਟ 500 ਐਮ ਐਸ ਕਿਊ ਕਰੋਗੇ ਘਟੋ ਘਟ 30 20 ਤੋਂ 30 ਲੈਕਚਰ ਹੋਰੇ ਲਾ ਲਓ 40 ਲੈਕਚਰ ਹੋ ਗਏ ਨਾ ਇੱਕ ਸਬਜੈਕਟ ਦੇ ਹਜੇ ਇੱਕ ਸਬਜੈਕਟ ਦੇ ਇੱਕ ਭਾਗ ਦੇ ਹਜੇ ਨੇ ਸਬਜੈਕਟ ਇੰਨੇ ਮਤਲਬ ਇੰਨਾ ਟਾਈਮ ਚਾਹੀਦਾ ਸਾਨੂੰ ਤੇ ਜੇ ਜਿਹੜਾ ਸਮਾਰਟ ਵਰਕ ਹੈਗਾ ਉਹ ਹੈਗਾ ਆਪਣੇ ਐਮ ਐਸ ਕਿਊ ਕਿ ਐਮ ਐਸ ਕਿਊ ਕਰੋ ਚੰਗੀ ਤਰ੍ਹਾਂ ਉਹ ਵੀ ਡਿਟੇਲ ਦੇ ਵਿੱਚ ਕਰੋ ਹਾਰਡਵਰਕ ਤਾਂ ਉਦੋਂ ਹੁੰਦਾ ਕਿ ਜਿਹੜਾ ਆਪਣੇ ਕੋਲ ਟਾਈਮ ਕਾਫੀ ਜ਼ਿਆਦਾ ਹੈ ਸਮਾਰਟਵਰਕ ਉਦੋਂ ਹੁੰਦਾ ਜਿਹੜਾ ਆਪਣੇ ਕੋਲ ਟਾਈਮ ਜ਼ਿਆਦਾ ਘੱਟ ਹੈ ਦੋ ਤਰ੍ਹਾਂ ਦੇ ਸਟੂਡੈਂਟ ਹੁੰਦੇ ਆ ਇੱਕ ਤਾਂ ਉਹ ਹੁੰਦਾਗਾ ਜਿਹੜਾ ਸਾਰਾ ਸਾਲ ਪੜਾਈ ਕਰੀ ਜਾਂਦਾ ਸਾਰਾ ਸਾਲ ਵਿਚਾਰਾ ਲੱਗਿਆ ਰਹਿੰਦਾ ਜਦੋਂ ਪੇਪਰ ਆ ਜਾਂਦਾ ਪੇਪਰ ਤੋਂ ਇੱਕ ਮਹੀਨਾ ਜਾਂ 15 ਦਿਨ ਪਹਿਲਾਂ ਸਟੱਡੀ ਛੱਡ ਦਿੰਦਾ ਜਾਂ ਉਹਨੂੰ ਕੋਈ ਕੰਮ ਲਾ ਲਓ ਜਾਂ ਉਹਦਾ ਪੜ੍ਹਨ ਦਾ ਦਿਲ ਨਹੀਂ ਕਰਦਾ ਇਹ ਜੀ ਲਾ ਲਓ ਤੇ ਇੱਕ ਉਹ ਸਟੂਡੈਂਟ ਆ ਜਿਹੜਾ ਪੇਪਰ ਤੋਂ 2 ਮਹੀਨੇ ਪਹਿਲਾਂ ਪੂਰੀ ਗੱੜਦਗੜ ਰਿਹਾ ਹੈਗਾ ਮਤਲਬ ਪੂਰਾ ਲੱਗਿਆ ਬੈਠਣ ਰਾਤ ਮਿਹਨਤ ਕਰ ਰਿਹਾ ਹੈ ਤੇ ਉਹਨੂੰ ਜਿਹੜਾ ਉਹ ਸਟੂਡੈਂਟ ਹੈਗਾ ਉਹ ਤੇ ਜਿਹੜਾ ਇੱਕ ਸਾਲ ਤੋਂ ਪੜ ਰਿਹਾ ਤੇ ਉਹਨੇ ਕੋਲੇ ਆ ਕੇ ਗੈਪ ਪਾਤਾ ਬੜੀ ਪੜ੍ਹਾਈ ਦੇ ਵਿੱਚ 15 ਜਾਂ 20 ਦਿਨ ਦਾ ਉਹ ਦੋਨਾਂ ਦੀ ਉਹਨਾਂ ਨਾਲ ਜਿਹੜਾ 2 ਮਹੀਨੇ ਨਾਲ ਇਹ ਅੱਗੇ ਹੈਗਾ ਇੱਕ ਨਾ ਆਪਣੇ ਜਿਵੇਂ ਇੱਦਾਂ ਸਟੂਡੈਂਟਾਂ ਦੀ ਇਹ ਵੀ ਗੱਲ ਹੋਊਗੀ ਕਿ ਜੀ ਜਦੋਂ ਅਸੀਂ ਪੜ੍ਹਦੇ ਹਾਂ ਨਾ ਅਸੀਂ ਪਿਛਲੀ ਚੀਜ਼ ਭੁੱਲ ਜਾਂਦੇ ਹਾਂ ਕਿ ਅੱਗੇ ਵਾਲੀ ਸਾਡੀ ਯਾਦ ਰਹਿ ਜਾਂਦੀ ਹੈ ਜਦੋਂ ਅਸੀਂ ਅੱਗੇ ਵਾਲੀ ਪੜ੍ਹ ਲੈਂਦੇ ਆ ਉਹ ਪਿਛਲੀ ਸਾਫ਼ ਹੋ ਜਾਂਦੀ ਹੈ ਇਹ ਵੀ ਆਪਣਾ ਪ੍ਰਮਾਤਮਾ ਨੇ ਜਿਹੜੀ ਚੀਜ਼ ਵੀ ਬਣਾਈ ਹੈ ਨਾ ਉਹ ਚੰਗੇ ਵਾਸਤੇ ਬਣਾਈ ਹੈ ਜਿਹੜੀ ਆਪਣੀ ਭੁੱਲਣ ਦੀ ਬਿਮਾਰੀ ਹੈ ਸਮਝ ਗਏ ਤੁਸੀਂ ਗੱਲ ਜਿਹੜੀ ਆਪਣੀ ਭੁੱਲਣ ਦੀ ਬਿਮਾਰੀ ਹੈ ਇਹ ਵੀ ਬਹੁਤ ਵਧੀਆ ਬਿਮਾਰੀ ਹੈ ਜਿਹੜੀ ਰੱਬ ਨੇ ਬਣਾਈ ਹੈਗੀ ਦੇਖੋ ਇਹਦਾ ਕੀ ਚੱਕਰ ਹੈਗਾ ਹੁਣ ਮੰਨ ਲਓ ਰੱਬ ਨਾ ਕਰੇ ਆਪਣੇ ਨਾਲ ਕੋਈ ਅਜਿਹੀ ਘਟਨਾ ਹੋ ਗਈ ਜਿਹੜੀ ਕਿ ਬਹੁਤ ਮੰਦਭਾਗੀ ਹੈ ਹੁਣ ਆਪਾਂ ਇਹ ਤਾਂ ਹੈ ਨਹੀਂ ਕਿ ਉਹ ਮੰਦਭਾਗੀ ਘਟਨਾ ਨੂੰ ਦਿਮਾਗ ਦੇ ਵਿੱਚ ਰੱਖ ਕੇ ਸਾਰੀ ਉਮਰ ਆਪਾਂ ਰੋ ਕੇ ਜਾਂ ਦੁਖੀ ਹੋ ਕੇ ਕੱਢ ਲਾਂਗੇ ਤੇ ਦੂਸਰੇ ਪਾਸੇ ਮਨ ਨੂੰ ਤੁਹਾਨੂੰ ਕਿਸੇ ਚੀਜ਼ ਦੀ ਬੜੀ ਖੁਸ਼ੀ ਹੋਗੀ ਅਇਦਾਂ ਨਹੀਂ ਤੁਸੀਂ ਹੁਣ ਸਾਰਾ ਸਾਲ ਨੱਚੀ ਜਾਓਗੇ ਸਾਰੀ ਉਮਰ ਨੱਚੀ ਜਾਓਗੇ ਕਿਉਂਦੇ ਆਪਾਂ ਵਿਆਹ ਗਏ ਸੀ ਇੰਨਾ ਨੱਚੇ ਸੀ ਆਪਾਂ ਠੀਕ ਹੈ ਨਾ ਉਹ ਚੀਜ਼ ਜਿਹੜੀ ਆਪਾਂ ਭੁੱਲ ਜਾਂਦੇ ਆਂ ਜੋ ਕਿ ਆਪਣੇ ਮੱਦ ਪਾ ਕੇ ਘਟਣਾ ਹੁੰਦੀ ਉਹ ਵੀ ਆਪਾਂ ਟਾਈਮ ਪਾ ਕੇ ਦੂਸਰੇ ਜਾਂ ਤੀਸਰੇ ਦਿਨ ਭੁੱਲ ਜਾਂਦੇ ਆਂ ਤਾਂ ਹਫ਼ਤੇ 'ਚ ਭੁੱਲ ਜਾਂਦੇ ਆਂ ਤੇ ਉਹੀ ਚੀਜ਼ ਹੈ ਜਿਹੜੀ ਆਪਣੇ ਖੁਸ਼ੀ ਵਾਲੀ ਚੀਜ਼ ਆ ਉਹ ਵੀ ਆਪਾਂ ਭੁੱਲ ਜਾਂਦੇ ਆਂ ਬਸ ਰੋਣਾ ਇਹ ਹੈਗਾ ਕਿ ਰਿਵੀਜ਼ਨ ਕਰੀ ਰੱਖੋ ਨਾਲ ਜੇ ਤੁਸੀਂ ਰਿਵੀਜ਼ਨ ਕਰੋਗੇ ਮੰਨ ਲਓ ਭੁੱਲੋਂਗੇ ਤਾਂ ਹੈਗੇ ਪਰ ਜੇ ਤੁਸੀਂ ਉਹ ਚੀਜ਼ ਤੁਹਾਡੇ ਕੁਝ ਦੇਖੋਗੇ ਦੁਬਾਰੇ ਕਿ ਆਹ ਚੀਜ਼ ਮੇਰੀ ਪੜੀ ਹੋਈ ਹੈ ਤਾਂ ਉਹ ਤੁਹਾਡੇ ਆਟੋਮ ओके जी ਤੇ ਅੱਜ ਵਾਲੀ ਵੀਡੀਓ ਦੇ ਵਿੱਚ ਕੋਈ ਵੀ ਮਿਸਟੇਕ ਨਹੀਂ ਹੈਗੀ ਤੇ ਕੱਲ ਥੋੜੀ ਟਾਈਮਿੰਗ ਦੀ ਪ੍ਰੋਬਲਮ ਕਰਕੇ ਤੁਸੀਂ ਸਮਝ ਲਓ ਕਿ ਆਸੇ-ਪਾਸੇ ਜਾਇਆ ਜਾਂਦਾ ਕਿਤੇ ਤੇ ਮੈਥ ਦਾ ਲੈਕਚਰ ਵੀ ਆਪਾਂ ਸ਼ੁਰੂ ਕਰਾਂਗੇ ਬਾਲੇ ਮੇਰੇ ਭਰਾ ਤੇ ਵੀਰੇ ਭੈਣਾ ਕਹਿੰਦੇ ਕਿ ਮੈਥ ਦਾ ਲੈਕਚਰ ਵੀ ਸ਼ੁਰੂ ਕਰ ਲਓ ਤੇ ਮੈਥ ਦੇ ਲੈਕਚਰ ਵੀ ਤੁਹਾਡੇ ਇੰਨੇ ਸੌਖੇ ਲੱਗਣਗੇ ਨਾ ਤੁਸੀਂ ਨਾ ਮਤਲਬ ਆਏ ਘੋਗੇ ਕਿ ਸਿੱਟੇ ਦਾ ਸੌਖਾ ਦਾ ਮੈਥ ਹੈਗਾ ਇੰਨੇ ਸੌਖੇ ਲੈਕਚਰ ਲਾਵਾਂਗੇ ਇੰਨੀਆਂ ਸੁਣਗੇ ਤੁਹਾਨੂੰ ਅਸਾਈਨਮੈਂਟਾਂ ਬਣਾ ਕੇ ਦੇਵਾਂਗੇ ਬਾਅਦ ਤੁਸੀਂ ਪੜਨ ਵਾਲੇ ਪਰੋ 2-3 ਮਹੀਨੇ ਦਾ ਪ੍ਰੋਸੈਸ ਆ ਸਾਰਾ ਇਹ ਥੋੜਾ ਰਿਟਰਨ ਪੇਪਰ ਤੁਹਾਨੂੰ ਦੱਸਦਾ ਹਜੇ 2 ਮਹੀਨੇ ਕੋਈ ਚਾਂਸ ਨਹੀਂ ਹੈਗਾ ਰਿਟਰਨ ਪੇਪਰ ਆ ਕੋਈ 1 ਮਹੀਨਾ ਤਾਂ ਹਜੇ ਫਾਰਮ ਹੀ ਚੱਲਣਗੇ 20-25 ਦਿਨ ਹਜੇ ਫਾਰਮ ਚੱਲਣਗੇ ਇਸ ਤੋਂ ਬਾਅਦ ਇਹਨਾਂ ਨੇ ਸਾਰਾ ਡਾਟਾ ਬਣਵਾਉਣਾ ਬਣਾਉਣਾ ਹੁੰਦਾਗਾ ਤੇ ਇਸ ਤੋਂ ਬਾਅਦ ਕਿਤੇ ਐਡਮਿਟ ਕਾਰਡ ਆਊਗਾ ਤੇ ਤਾਂ ਕਰਕੇ ਬਸ ਤੁਸੀਂ ਤਿਆਰੀ ਖਿੱਚੀ ਰੱਖੋ ਤੇ ਇਸ ਤੋਂ ਬਾਅਦ ਨਾ ਮੈਂ ਥੋੜੀਆਂ ਜਿਹੀਆਂ ਆ ਥੋੜੀਆਂ ਜਿਹੀਆਂ ਵੀਡੀਓ ਜਿਹੜੋਂ ਮਤਲਬ ਕੰਪਲੀਟ ਹੋਣ ਆਉਣੀਆਂ ਹੋ ਗਿਆ ਇੱਕ ਅੱਗੇ ਸਬਜੈਕਟ ਦੀ ਵੀਡੀਓ ਮੈਂ ਹੋਰ ਬਣਾਉਣ ਲੱਗ ਜੂਗਾ ਨਾਲ ਉਹ ਤੁਸੀਂ ਵੀ ਕਮੈਂਟਾਂ 'ਚ ਦ ਤੇ ਤੁਸੀਂ ਵੀ ਕੋਮੈਂਟਾਂ ਦੇ ਵਿੱਚ ਦੱਸ ਦਿਓ ਠੀਕ ਹੈ ਜੀ ਬਾਕੀ ਜਉਂਦੇ ਬਹਦੇ ਰਹੋ ਤੇ ਸਾਰੇ ਦੋਸਤੋ ਪੜਾਈ ਚੰਗੀ ਤਰ੍ਹਾਂ ਕਰੋ ਆਹੀ ਟਾਈਮ ਹੈ ਮੁੜ ਕੇ 5 ਸਾਲ ਇਹਨਾਂ ਨੇ ਕੋਈ ਪੋਸਟ ਨਹੀਂ ਕੱਢੀ ਤੁਹਾਨੂੰ ਪਤਾ ਹੈ ਸਰਕਾਰਾਂ ਦਾ ਬੁਰਾ ਹਾਲ ਹੋਇਆ ਪਿਆ ਤਾਂ ਲੱਗੇ ਵੇ ਜਿਹੜੇ ਸਟੂਡੈਂਟ ਜਾਂ ਲੱਗੇ ਵੇ ਨੌਕਰੀ ਦੇ ਦੋਨੋਂ ਨੂੰ ਹਟਾਈ ਜਾਂਦੇ ਐਨ ਐਚ ਐਮ ਵਾਲਿਆਂ ਦਾ ਕਿੰਨਾ ਨਾਤੇ ਹੈਲਥ ਮਿਸ਼ਨ ਵਾਲਿਆਂ ਦਾ ਕਿੰਨਾ ਰੋਲਾ ਪਿਆ ਹੋਇਆ ਠੀਕ ਹੈ ਜੀ ਤੇ ਬਸ ਆਹੀ ਟਾਈਮ ਹੈਗਾ ਤੇ ਚੁੱਪ ਕਰਕੇ ਤਿਆਰੀ ਕਰੀ ਜੱਲੂ ਆਪਦੀ ਵਧੀਆ ਇੱਕ ਵਾਰੀ ਸੈੱਟ ਹੋ ਗਏ ਨਾ ਮੁੜ ਕੇ ਸਾਰੀ ਉਮਰ ਖੁਸ਼ ਰਹੋਗੇ ਜੇ ਹੁਣ ਨਜਾਰਿਆਂ ਦੇ ਚੱਕਰ 'ਚ ਪੈ ਗਏ ਮੁਰਕੇ ਸਾਰੇ ਉਹ ਦੁਖੀ ਰਹੋਗੇ ਉਹ ਤੁਸੀਂ ਦੇਖ ਲਓ ਤੇ ਆਪਣਾ ਕੰਮ ਸਿਰਫ ਸਮਝਾਉਣ ਦਾ ਤੇ ਪੜਾਉਣ ਦਾ ਹੈਗਾ ਤੇ ਜਿਉਂਦੇ ਬਸੇ ਰਹੋ ਸਾਰੇ ਮੇਰੇ ਦੋਸਤੋ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਉਹਨੇ ਨਾਲ ਕੀ ਹੋ ਜਾਂਦਾਗਾ ਕੋਈ ਵੀ ਵੀਡੀਓ ਆਉਂਦੀ ਹੈ ਉਹ ਨਾਲ ਜਿਹੜੇ ਤੁਹਾਡੇ ਕੋਲੇ ਆ ਜਾ ਕਰੂਗੀ ਧੰਨਵਾਦ ਮੇਰੇ ਦੋਸਤੋ ਜਿਉਂਦੇ ਬਸੇ ਰਹੋ